ਤੁਹਾਨੂੰ ਆਪਣੇ ਬਾਲ ਬੱਚੇ ਦੀ ਕੋਈ ਪਰਵਾਹ ਨਹੀਂ ਹੁੰਦੇ, ਸੋਹਣੀਆਂ ਜਵਾਨੀਆਂ ਨੂੰ ਤੁਸੀਂ ਭੁੱਲ ਜਾਂਦੇ ਹੋ। ਆਖਿਰਕਾਰ ਤੁਹਾਡੇ ਕੋਲ ਕਿਹੜੀ ਉਹ ਸ਼ਕਤੀ, ਕਿਹੜੀ ਤਾਕਤ ਹੈ? ਗੁਰੂ ਤੇ ਸਿੱਖਾਂ ਦਾ ਜਵਾਬ ਬੜਾ ਪਿਆਰਾ ਸੀ ਸਤਸੰਗਿਓ, ਉਹ ਕਹਿਣ ਲੱਗੇ ਸਾਡੇ ਕੋਲ ਹੋਰ ਕੋਈ ਤਾਕਤ ਨਹੀਂ। ਜਿਹੜੀ ਅਬਦਾਲੀ ਦੇ ਸਮਝ ਗੋਚਰੇ ਪੈਣ ਵਾਲੀ ਗੱਲ ਸੀ ਉਹਦੇ ਭਾਸ਼ਾ ਵਿੱਚ ਕਹੇ, ਕਹਿਣ ਲੱਗੇ ਜਦੋਂ ਅਸੀਂ ਸੱਚ ਦੀ ਖਾਤਰ ਪੂਰਨ ਗੱਲ ਟਾਕਰਾ ਕਰਨ ਲਈ ਮੈਦਾਨ ਤੇ ਜੰਗ ਵਿੱਚ ਜਾ ਕੇ ਆ ਰਹਾ, ਉਦੋਂ ਸਾਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ, ਉਦੋਂ ਸਾਨੂੰ ਕੇਵਲ ਗੁਰੂ ਤੇਗ ਬਹਾਦਰ ਪਿਤਾ ਦਾ ਸੀਸ ਨਜ਼ਰ ਆਉਂਦਾ ਹੈ। ਧਾਰਮਿਕ ਕੱਲਾ ਸੀਸ ਨਜ਼ਰ ਆਉਂਦਾ ਹੈ, ਕਹਿੰਦੇ ਅਸੀਂ ਤਾਂ ਕੇਵਲ ਸੀਸ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ। ਬਹੁਤ ਵੱਡੀ ਰਮਜ ਦਿੱਤੀ ਗੁਰੂ ਤੇ ਪਿਆਰਿਓ, ਗੁਰੂ ਤੇਗ ਬਹਾਦਰ ਪਿਤਾ ਦੀ ਸ਼ਹਾਦਤ ਤੱਕ ਲਿਖੋਈ, ਕੂੜ ਜਿਹੜਾ ਤੈ ਕੁਰੰਗ ਜੇ ਉਹ ਇੱਕ ਇਨਸਾਨੀਅਤ ਦਾ ਕਾਤਲ ਬਣ ਗਿਆ ਹੈ। ਕਾਤਲ ਬਣ ਹਜ਼ਾਰਾਂ ਨੇ ਲੱਖਾਂ ਹਿੰਦੂ ਇਸ ਲਈ ਮਾਰ ਕੇ ਜਾ ਰਹੇ ਸਨ ਕਿਉਂਕਿ ਇਹ ਇਸਲਾਮ ਨੂੰ ਕਬੂਲ ਨਹੀਂ ਕਰਦੇ। ਗੁਰੂ ਦਾਤਾ ਜੀ ਨੇ ਇਹ ਨਹੀਂ ਵੇਖਿਆ ਕਿ ਕੁਚਲੇ ਕਰਨ ਵਾਲੇ ਕੌਣ ਨੇ, ਇਹਨਾਂ ਦੇ ਨਾਮ ਤਾਂ ਸਿੰਘ ਲੱਗਾ ਏ ਜਾਂ ਚੰਦ ਲੱਗਾ ਏ, ਲਾਲ ਲੱਗਾ ਏ ਜਾਂ ਖਾਨ ਲੱਗਾ ਹੈ। ਮੇਰੇ ਖਜੂਰ ਨੇ ਉਸ ਕੂੜ ਨੂੰ ਖਤਮ ਕਰਕੇ ਇਨਸਾਨੀਅਤ ਦੇ ਰਾਖੇ ਲਈ ਸਾਹਿਬਾਂ ਨੇ ਪਿਆਰੇ ਹਿੰਦੂ ਧਰਮ ਚਾਰਤਾ ਸ਼ਹਾਦਤ ਆਪਣੀ ਦੇ ਦਿੱਤੇ। ਬਸ ਇਹਨਾਂ ਗੁਰਸਿੱਖਾਂ ਨੇ ਆਖਿਆ ਸਾਡੇ ਸਾਹਮਣੇ ਉਹ ਸੱਚ ਹੈ, ਜਦੋਂ ਸੱਚ ਨਾਲ ਹੋਵੇ ਅਸੀਂ ਉਦੋਂ ਇਕੱਲੇ ਨਹੀਂ ਹੁੰਦੇ। ਤੈਨੂੰ ਲੱਗਦਾ ਇਕੱਲਾ ਆਦਮੀ ਕਿਤਨੀ ਵੱਡੀ ਫੌਜਾਂ ਨਾਲ ਟਾਕਰਾ ਕਿਵੇਂ ਕਰ ਲੈਂਦਾ? ਬੋਲਿਆ, ਉਸ ਤੋਂ ਪਹਿਲਾਂ ਸਾਡੇ ਅੰਦਰ ਗੁਰੂ ਦੀ ਆਪਣੀ ਸ਼ਕਤੀ ਵਰਤਣੀ ਹੁੰਦੀ ਹੈ ਤੇ ਸਾਡੇ ਸਤਿਗੁਰੂ ਜੀ ਦਾ ਹੁਕਮ ਸੁਣਨਾ ਹੈ। ਸਾਹਿਬ ਦਾ ਵਚਨ ਹੈ, ਸਾਹਿਬ ਕਹਿੰਦੇ ਜਾਮ ਗੁਰੂ ਹੋਏ ਵਾਲ ਤਨੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵਾਲ ਲੱਖ ਬਾਕੇ ਕਿਆ ਕੀਜੈ, ਜਾਮ ਗੁਰੂ ਹੋਏ ਵਾਲ ਗਿਆਨ ਅਰ ਗਿਆਨ ਅਨੰਨ ਪਾੜ, ਜਾਮ ਗੁਰੂ ਹੋਏ ਵਾਲ ਸ਼ਬਦ ਸਾਖੀ ਸੋ ਸੱਚੈ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਤਖੈ, ਜੋ ਗੁਰੂ ਨਾਮ ਰਿਦਮੈ ਤਰੈ ਸੇ ਜਨਮ ਮਰਨ ਦੋਤੇ ਰਖੈ। ਭੱਟਾਂ ਦਾ ਬਚਨ ਪਿਆਰਿਓ, ਜਦੋਂ ਗੁਰੂ ਸਾਹਿਬ ਜੀ ਨਾਲ ਕੋਲ ਸਿੱਖ ਦੇ ਸਿੱਖ ਕੋਲ ਧਨ ਆਵੇਗਾ, ਹੰਕਾਰ ਨਹੀਂ ਕਦੇ ਸਿੱਖ ਕੋਲ ਉਸ ਧਨ ਦਾ ਹੋਏਗਾ। ਜੇ ਸਤਿਗੁਰੂ ਜੀ ਨਾਲ ਕਾਂਡ ਲੱਖਾਂ ਬਾਂਹਾਂ ਵੀ ਸਿੱਖ ਦਾ ਕੁਝ ਨਹੀਂ ਵਿਗਾੜ ਸਕਦੀਆਂ, ਕਿਉਂਕਿ ਇਹਨਾਂ ਦੇ ਨਾਲ ਸੱਚਾ ਸਤਿਗੁਰੂ ਆਪ ਖਲੋਤਾ ਹੈ। ਸਿੱਖ ਦਾ ਧਿਆਨ ਗੁਰੂ ਤੋਂ ਕੱਟ ਕੇ ਕਿਸੇ ਹੋਰ ਗਿਆਨ ਧਿਆਨ ਵਿੱਚ ਜਾਂਦਾ ਹੀ ਨਹੀਂ। ਸਿੱਖ ਦੇ ਅੰਦਰ ਕੀ ਸ਼ਬਦ ਸਾਖੀ ਸੋ ਸੱਚੈ ਘਰ, ਜਰਾ ਇਸ ਗੱਲ ਨੂੰ ਵਿਚਾਰਿਆ ਜੇ ਸੂਝਵਾਨ ਵੀ ਬੈਠੇ ਹੋ। ਸਤਿਗੁਰੂ ਕਹਿੰਦੇ ਸਿੱਖਾ ਤੂੰ ਗੁਰੂ ਨਾਲ ਜੋੜ, ਸਤਿਗੁਰੂ ਨਾਲ ਜਦੋਂ ਸਿੱਖ ਜੁੜਦਾ ਕਿਹਦੀ ਸੁਰਤੀ ਸਤਿਗੁਰੂ ਚੁੱਕੇ ਸੱਚ ਦੇ ਘਰ ਟਿਕਾ ਦਿੰਦਾ ਹੈ। ਪਿਆਰਿਓ ਭੱਟਾਂ ਦੇ ਬਚਨ ਦੇ ਹਜ਼ੂਰ ਕਹਿੰਦੇ ਸ਼ਬਦ ਸਾਖੀ ਸੋ ਸੱਚੈ ਧਾਰ, ਸੱਚ ਦੇ ਧਾਰ ਜਦੋਂ ਸਿੱਖ ਟਿਕਦਾ ਹੀ ਨਾ, ਬਸ ਉਦੋਂ ਕਿ ਟਿਕਦਾ ਤਾਂ ਹੀ ਜੇ ਸਿੱਖ ਵਾਰ ਵਾਰ ਗੁਰੂ ਗੁਰੂ ਜਪੇ, ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਕਿ ਨਾ, ਜਦੋਂ ਅੰਦਰ ਟਿਕੇ ਉਦੋਂ ਲੱਖਾਂ ਦੀ ਪਰਵਾਹ ਨਹੀਂ ਤੇ ਕਰੋੜਾਂ ਦੀ ਪਰਵਾਹ ਨਹੀਂ। ਸਤਿਸੰਗਿਓ,
ਗੁਰੂ ਰਾਮਦਾਸ ਪਿਤਾ ਜੀ ਦਾ ਇੱਕ ਬਚਨ ਜੇ ਹਜ਼ੂਰ ਆਖਦੇ ਨੇ 646 ਅੰਗ ਤੇ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੇ, ਜਿਨ੍ਹਾਂ ਦੇ ਅੰਦਰ ਕੂੜ ਹੈ ਉਹਨਾਂ ਨੂੰ ਸੱਚ ਬਿਲਕੁਲ ਨਹੀਂ ਚੰਗਾ ਲੱਗਦਾ। ਜਿਵੇਂ ਸੱਚ ਨੂੰ ਕੂੜ ਨਹੀਂ ਚੰਗਾ ਲੱਗਦਾ, ਕੂੜ ਗੁਰੂ ਕੇ ਪਿਆਰੇ ਕੂੜੇ ਨੂੰ ਸੱਚ ਨੇ ਕਹਿੰਦੇ, ਜੇ ਉਹ ਬੋਲਤਾ ਸੱਚ ਕੂੜਾ ਜਲ ਜਾਵੇ। ਜਦੋਂ ਤੁਸੀਂ ਸੱਚ ਬੋਲੋਗੇ ਨਾ ਕੂੜ ਦੇ ਸਾਹਮਣੇ, ਤੇ ਕੂੜੇ ਨੂੰ ਅੱਗ ਲੱਗ ਜਾਂਦੀ, ਇਹ ਕਿਉਂ ਹੋਇਆ? ਉਹ ਜਲ ਬਲ ਜਾਏਗਾ ਇੱਕਦਮ, ਹੁਣ ਪਾਉਂਦਾ ਹੀ ਨਹੀਂ। ਕਿਉਂ? ਗੁਰੂ ਰਾਮਦਾਸ ਪਿਤਾ ਇੱਕ ਬਚਨ ਕਹਿ ਅਗਲਾ ਕਹਿੰਦੇ, ਕੂੜਿਆ ਕੀ ਰੱਜੈ ਕੂੜ ਜੋ ਵਿਸਤਾ ਤਾਗ ਤਾਵੇ। ਕੂੜ ਖਾ ਖਾ ਕੇ ਇਹਨਾਂ ਦਾ ਸੁਭਾਅ ਕਾਂ ਵਰਤਾ ਬਣ ਜਾਂਦਾ ਹੈ। ਜਿਵੇਂ ਕਾਂ ਵਿਸਤਾ ਵੀ ਖਾਈ ਜਾ ਰਿਹਾ ਹੈ, ਰੋਟੀ ਟੁੱਕਰ ਮਿਲ ਗਿਆ ਉਹ ਵੀ ਖਾ ਲਏਗਾ। ਜਿਨ੍ਹਾਂ ਦੇ ਅੰਦਰ ਕੂੜ ਟਿਕਦੇ ਨਾ, ਉਹਨਾਂ ਨੂੰ ਗੁਰੂ ਕੇ ਪਿਆਰੇ ਲੱਜਿਆ ਕੋਈ ਨਹੀਂ ਰਹਿੰਦੇ। ਉਹ ਜਿਵੇਂ ਕਾਂ ਵਿਸਤਾ ਖਾ ਕੇ ਵੀ ਪਿਆਰੇ ਯੋਗਦਾਨ ਕਰਨਾ, ਇਸੇ ਤਰ੍ਹਾਂ ਕੂੜਾ ਆਦਮੀ ਕੂੜ ਨੂੰ ਪਿਆਰ ਕਰਕੇ ਛੱਡੀ ਜਾਂਦਾ ਹੈ। ਪਰ ਇੱਕ ਧਿਆਨ ਰੱਖਣਾ ਗੁਰੂ ਸਵਾਰਿਓ, ਅੱਜ ਦੇ ਇਸ ਦਿਨ ਤੇ ਜੋ ਲੜੀ ਚੱਲੀ ਹੈ, ਜਿਸ ਸ਼ਹੀਦ ਨੂੰ ਅੱਜ ਯਾਦ ਕਰ ਰਹੇ ਹੋ, ਇਹਨਾਂ ਦੀ ਲੜੀ ਬੜੀ ਪੁਰਾਣੀ ਚੱਲੀ ਆਉਂਦੀ ਹੈ। ਪਿਆਰਿਆਂ ਦੀ ਜਿਨ੍ਹਾਂ ਨੇ ਅੰਦਰ ਸੱਚ ਨੂੰ ਪਿਆਰ ਕੀਤਾ, ਸੱਚ ਉਹਨਾਂ ਦੇ ਅੰਦਰ ਜਦੋਂ ਆ ਕੇ ਬੈਠਾ। ਮਹਾਨ ਪੁਰਖਾਂ ਨੇ ਇਹਨਾਂ ਦੀ ਵੰਡ ਤਿੰਨ ਹਿੱਸਿਆਂ 'ਚ ਕੀਤੀ ਜੇ, ਸੱਚ ਦੇ ਪੁਤਲਿਆਂ ਦੀ ਉਹਦੀ ਵੰਡ ਤਿੰਨ ਹਿੱਸਿਆਂ 'ਚ ਕਰਦੇ ਨੇ। ਕਿਉਂਕਿ ਦੋ ਤਰੀਕਿਆਂ ਨਾਲ ਸੱਚ ਹੈ, ਜਦੋਂ ਵੀ ਇਹ ਸੱਚ ਭਾਵੇਂ ਦੋਨਾਂ 'ਚੋਂ ਕਿਸੇ ਤਰੀਕੇ ਨਾਲ ਕਿਸੇ ਬੋਲਿਆ, ਅੱਜ ਤੱਕ ਉਸ ਨੂੰ ਕਰਨੀਆਂ ਸਜਾਵਾਂ ਮਿਲੀਆਂ। ਇੱਕ ਸੱਚ ਹੈ, ਜਦੋਂ ਕੋਈ ਬੰਦਗੀ ਕਰ ਕਰਕੇ ਸੱਚੇ ਪਰਮੇਸ਼ੁਰ ਦੀ ਪ੍ਰਾਪਤੀ ਕਰਦਾ ਹੈ, ਉਹਨੂੰ ਸੱਚ ਦੀ ਲੋਕ ਦੇ ਚਾਨਣ ਹੁੰਦਾ ਹੈ, ਉਹ ਜਦੋਂ ਫਿਰ ਜਗਤ ਦੇ ਸਾਹਮਣੇ ਪ੍ਰਗਟ ਕਰਦਾ ਹੈ ਨਾ, ਲੋਕੋ ਪਾਖੰਡ ਨਾ ਕਰੋ। ਗੁਰੂ ਸਵਾਲਿਓ, ਉਹ ਕਹਿੰਦਾ ਕਿ ਜ਼ਿੰਦਗੀ ਨੂੰ ਵਹਿਮਾਂ ਭਰਮਾਂ 'ਚ ਨਾ ਪਾਓ। ਉਹਨਾਂ ਜਦੋਂ ਸੱਚ ਦੀ ਗੱਲ ਸੁਣਾਉਂਦਾ ਹੈ, ਜਗਤ ਨੇ ਉਹਨਾਂ ਨੂੰ ਵੀ ਸੂਲੀ 'ਤੇ ਚੜ੍ਹਾਤਾ ਹੈ। ਸੁਕਰਾਤ ਨੇ ਇਹ ਕੁਝ ਕੀਤਾ ਸੀ, ਪੁਰਾਣੀ ਜਿਹੜੀ ਪੋਕੀ ਪਰੰਪਰਾ ਸੀ ਉਹਨੂੰ ਤੋੜ ਕੇ, ਜੋ ਅੰਦਰ ਸੱਚ ਪ੍ਰਗਟ ਹੋਇਆ ਉਹਨੂੰ ਜਦੋਂ ਲੋਕਾਂ ਦੇ ਸਾਹਮਣੇ ਲਿਆਂਦਾ, ਲੋਕਾਂ ਨੇ ਸੱਚ ਨਹੀਂ ਕਬੂਲ ਕੀਤਾ, ਉਹਨਾਂ ਦੀ ਗੈਰ ਦਾ ਪਿਆਲਾ ਭਰਿਆ। ਕਹਿਣ ਲੱਗੇ, ਪੀਰ ਤੇ ਸਦਾ ਲਈ ਤੂੰ ਹੀ ਮੁੱਕ ਜਾ ਤੇ ਤੇਰੇ ਅੰਦਰਲਾ ਸੱਚ ਵੀ ਮੁੱਕ ਜਾਏਗਾ। ਹੋਇਆ ਕੀ, ਇਹ ਗੈਰ ਦਾ ਪਿਆਲਾ ਪਿਲਾਉਣ ਵਾਲੇ ਮੁੱਕ ਗਏ। ਸੁਕਰਾਤ ਦੀ ਵਿਚਾਰਧਾਰਾ ਸੱਚ ਦੇ ਰੂਪ ਅੰਦਰ ਅੱਜ ਵੀ ਫੈਲ ਕੇ ਜਾ ਰਹੀ ਹੈ। ਗਲੈਟੋ ਵਰਗਿਆਂ ਨੇ ਜਦੋਂ ਪਿਆਰੇ ਰੱਬ ਦੀ ਬਣਾਈ ਕੋਈ ਪ੍ਰਕਿਰਤੀ ਦੀ ਖੋਜ ਕਰਕੇ ਉਹਨਾਂ ਨੇ ਇਹ ਸਿੱਧ ਕੀਤਾ ਵੀ ਇਹ ਧਰਤੀ ਜਿਹੜੀ ਹੈ, ਬਈ ਇਸ ਦਾ ਬਾਰੇ ਸਾਰੀ ਜਾਣਕਾਰੀ ਦਿੱਤੇ, ਬਈ ਸੂਰਜ ਨਹੀਂ ਘੁੰਮ ਰਿਹਾ ਹੈ, ਬਾਕੀ ਇਹ ਸਾਰੇ ਜਿਤਨੇ ਕਿਸੇ ਧਰਤੀ ਆਦਤ ਇਹ ਘੁੰਮਦੀ ਹੈ। ਤਾਂ ਉਹ ਜਿਹੜੇ ਰੋਮਨ ਕੈਥੋਲਿਕ ਲੋਕ ਸਨ, ਪਾਦਰੀ ਸਨ, ਰੌਲਾ ਪਾਇਆ, ਹੈ ਸੱਚ ਕਹਿਣ ਲੱਗੇ, ਪਰ ਸਾਡੇ ਪੁਰਾਣੇ ਖਿਆਲਾਂ ਦੇ ਮੁਤਾਬਕ ਇਹ ਢੁੱਕਦੀ ਨਹੀਂ, ਧਰਤੀ ਗੋਲ ਦੀ ਨਹੀਂ ਹੈ, ਧਰਤੀ ਨਹੀਂ ਘੁੰਮਦੀ ਹੈ, ਇਹ ਖੜੀ ਹੈ, ਸੂਰਜ ਘੁੰਮਦਾ ਹੈ। ਉਹਨਾਂ ਨੂੰ ਸਜਾਵਾਂ ਲਾਈਆਂ ਗਈਆਂ, ਕਹਿਣ ਲੱਗੇ ਇਹਨਾਂ ਨੂੰ ਸਾਰੀ ਜ਼ਿੰਦਗੀ ਲਈ ਉਮਰ ਕੈਦ ਕਰੋ। ਪਰ 1642 ਵਿੱਚ ਉਹਦੀ ਮੌਤ ਹੁੰਦੀ, 1631 ਦੀ ਗੱਲ ਹੈ। ਕਹਿਣ ਲੱਗੇ, ਬੁੱਢਾ ਹੈ, ਇਸ ਨੂੰ ਜੇਲ੍ਹ ਵਿੱਚ ਨਹੀਂ, ਇਹਨੂੰ ਘਰ ਵਿੱਚ ਹੀ ਰੈਸਟ ਕਰ ਦਿਓ, ਤਾਂ ਕਿ ਘਰੋਂ ਬਾਹਰ ਨਾ ਜਾਵੇ ਅਤੇ ਇਸ ਨੂੰ ਕਿਹਾ ਜਾਵੇ ਮਾਫ਼ੀ ਮੰਗੇ ਜੋ ਤੂੰ ਸੱਚ ਬੋਲਿਆ। ਉਦੋਂ ਦਬਾ ਲਿਆ,
ਪਰ ਉਸ ਤੋਂ ਬਾਅਦ ਸਮਾਂ ਪਾ ਕੇ ਅੱਜ ਉਸ ਸੱਚ ਨੂੰ ਸਾਰੇ ਪ੍ਰਾਣੀ ਕਬੂਲ ਕਰ ਰਿਹਾ ਹੈ। ਬਾਅਦ ਵਿੱਚ ਕਈਆਂ ਨੇ ਖੋਜ ਕੀਤੇ, ਉਹ ਸਾਰਾ ਕੁਝ ਸਾਹਮਣੇ ਆ ਗਿਆ। ਮੈਂ ਬੇਨਤੀ ਕਰਨ ਲੱਗਾ ਸਾਂ ਗੁਰੂ ਦੇ ਪਿਆਰਿਓ, ਇੱਕ ਤਾਂ ਬੰਦਗੀ ਕਰਕੇ ਜਦੋਂ ਕੋਈ ਅੰਦਰ ਸੱਚ ਨੂੰ ਪ੍ਰਗਟ ਕਰਦਾ ਹੈ, ਉਹ ਸੱਚ ਵੇਖਦਾ ਹੈ ਅਤੇ ਉਹਨੂੰ ਕਰੇ ਅਤੇ ਉਹਨੂੰ ਵੀ ਕਿਸੇ ਨੇ ਜ਼ਹਿਰ ਦਾ ਪਿਆਤਾ ਪਿਆਇਆ, ਉਹਨਾਂ ਲਈ ਕਾਲ ਕੋਠੜੀਆਂ ਤਿਆਰ ਹੋਈਆਂ, ਮਨਸੂਰ ਨੂੰ ਸੂਤੀ 'ਤੇ ਚੜ੍ਹਾਤਾ ਗਿਆ, ਉਹਦਾ ਵੀ ਇਹ ਕਸੂਰ ਹੈ। ਪਰ ਦੂਸਰਾ ਹੁੰਦਾ ਹੈ ਜਦੋਂ ਕੋਈ ਜ਼ਾਲਮ ਜ਼ੁਲਮ ਕਰੇ, ਉਸ ਜ਼ੁਲਮ ਦੇ ਖਿਲਾਫ ਜਦੋਂ ਕੋਈ ਆਵਾਜ਼ ਉਠਾਉਂਦਾ ਹੈ ਅਤੇ ਉਸ ਨੂੰ ਸਾਧ ਸੰਗਤ ਇਹਦੇ ਨਾਲ ਉਹਦੀ ਹੋਰ ਕਰਨੀਆਂ ਸਜਾਵਾਂ ਮਿਲਦੀਆਂ ਨੇ, ਤਾਂ ਹੀ ਕਹਿੰਦੇ ਇੱਕ ਉਹ ਲੋਕ ਹਨ ਜਿਨ੍ਹਾਂ ਨੇ ਸੱਚ ਨੂੰ ਤਾਂ ਪਾਇਆ ਪਰ ਉਹਨਾਂ ਨੇ ਸੱਚ ਬੋਲਣ ਦੀ ਕੀਮਤ ਨਹੀਂ ਕੀਤੀ। ਕਿਉਂਕਿ ਪਤਾ ਹੈ ਸੱਚ ਬੋਲਣ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਕੁ ਕਰੜੀਆਂ ਸਜਾਵਾਂ ਮਿਲਦੀਆਂ ਨੇ। ਨਾ ਬੋਲੋ, ਆਪਣੀ ਜ਼ਿੰਦਗੀ ਸੱਚ ਨਾਲ ਜੁੜ ਕੇ ਗੁਜ਼ਾਰ ਦਿਓ। ਜੋ ਕਿ ਲੋਕਾਂ ਨੇ ਸੱਚ ਕੁਝ ਪਾਇਆ, ਲੋਕਾਂ ਕੋਲ ਨਹੀਂ ਉਹ ਪ੍ਰਗਟ ਕਰ ਸਕੇ, ਬਹੁਤ ਨੇ। ਪਰ ਦੂਸਰੇ ਉਹ ਨੇ ਜਿਨ੍ਹਾਂ ਨੇ ਅੱਧਾ ਕੁ ਸੱਚ ਬੋਲਿਆ ਪਰ ਅੱਧਾ ਕੁ ਲੁਕੋ ਕੇ ਰੱਖ ਲਿਆ। ਕਿ ਬੁੱਲਾ ਕਹਿ ਬੁੱਲੇ ਸ਼ਾਹ ਸਿੰਘ ਆਏ, ਸੱਚ ਕਹਾਂ ਤਾਂ ਭਾਂਬੜ ਮੱਚਦਾ ਹੈ, ਝੂਠ ਕਹਾਂ ਤਾਂ ਕੁਝ ਨਾ ਬਚਦਾ ਏ। ਜੀ ਦੋਵਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜੀ ਬਾਤ ਕਹਿੰਦੀ ਤੇ ਮੁਹਾਈ ਬਾਤ ਨਾ ਰਹਿੰਦੀ ਹੈ। ਉਹ ਕਹਿੰਦਾ ਸੱਚ ਕਹਾਂ ਤੇ ਲੋਕੀ ਭਾਂਬੜ ਬਾਲਦੇ ਕਰਨ, ਇਹ ਕੌਣ ਹੁੰਦਾ ਸੱਚ ਬੋਲਣ ਵਾਲਾ? ਜੇ ਝੂਠ ਬੋਲਦਾ ਵਾ ਤੇ ਮੇਰੇ ਆਪਣੇ ਅੰਦਰ ਸੱਚ ਨਹੀਂ ਬਚਣਾ, ਜ਼ਮੀਰ ਮਰਦੀ ਏ। ਕਹਿਣ ਲੱਗੇ ਦਲ ਦੋਵਾਂ ਕੀ ਮਨ ਜਿਹੜਾ ਦੋਨਾਂ ਗੱਲਾਂ ਤੋਂ ਡਰਦਾ ਹੈ, ਫਿਰ ਵੀ ਕਹਿੰਦਾ ਕੁਝ ਬੋਲ ਰਿਹਾ ਵਾਂ ਪਰ ਕੁਝ ਛਿਪਾ ਰਿਹਾ ਵਾਂ। ਵਿਚਾਰ ਜਰਾ ਇਸ ਗੱਲ ਤੋਂ ਗੁਰੂ ਕੇ ਪਿਆਰਿਓ, ਆਪਣੇ ਇਤਿਹਾਸ ਦੀ ਲੜੀ ਵੱਲ ਪਾਉਂਦੇ ਹਾਂ, ਥੋੜ੍ਹਾ ਹੋਰ ਇਸ ਗੱਲ ਨੂੰ ਛੋਟਾ ਕਰਾਂ। ਉਹ ਕਹਿੰਦੇ ਬੁੱਲਾ ਆਪਣੇ ਚੇਤਾਂ ਦੇ ਨਾਲ ਬੈਠਾ ਏ, ਉਧਰੋਂ ਆਵੇ ਵਰਤਾਂ ਦੇ ਦੇਣ। ਇਸਲਾਮ ਵਿੱਚ ਵੀ ਵਰਤ ਹੈ, ਉਹਨਾਂ ਨੂੰ ਰੋਜ਼ੇ ਕਹਿ ਲੈਂਦੇ, ਹਿੰਦੂ ਵੀ ਵਰਤ ਕਹਿੰਦੇ ਨੇ। ਰੋਜ਼ਿਆਂ ਦੇ ਦਿਨਾਂ ਅੰਦਰ ਬੁੱਲੇ ਅਤੇ ਚੇਤਾਂ ਨੇ ਲੰਗਰ ਪਕਾਏ, ਛੱਕ ਰਹੇ ਅਤੇ ਦੂਸਰਿਆਂ ਨੂੰ ਆਵਾਜ਼ ਮਾਰਦੇ ਨੇ। ਜਦੋਂ ਕੁਝ ਘੋੜ ਸਵਾਰ ਆਏ ਇਸਲਾਮ ਨਾਲ ਸੰਬੰਧਿਤ, ਉਹਨਾਂ ਨੂੰ ਦਿੱਤੀ ਆਵਾਜ਼ ਤੋਂ ਕਹਿੰਦੇ ਤੁਹਾਨੂੰ ਪਤਾ ਨਹੀਂ ਰੋਜ਼ੇ ਕਰਨ, ਤੁਸੀਂ ਕਿਉਂ ਆਹ ਰੋਟੀ ਖਾ ਰਹੇ ਹੋ ਅਤੇ ਦੂਸਰਿਆਂ ਨੂੰ ਖਵਾ ਰਹੇ ਹੋ? ਉਹਨਾਂ ਨੇ ਆਖਿਆ ਉਹ ਕਿਉਂ ਪਕਾਉਣ 'ਚ ਪੈਂਦੇ ਹੋ? ਇੱਕ ਦਿਨ ਜਾਂ ਇੱਕ ਮਹੀਨਾ ਉੱਤੇ ਰੋਟੀ ਦੇਣੇ ਛੱਡਣ ਨਾਲ ਖੁਦਾ ਥੋੜ੍ਹਾ ਖੁਸ਼ ਹੋਣਾ ਹੈ, ਉਹਨੂੰ ਤਾਂ ਤਿਆਗ ਕਰੋ, ਉਹਦੀ ਬੰਦਗੀ ਕਰੋ। ਉਹਨਾਂ ਨੇ ਖੂਬ ਪਕੜ ਕੇ ਇਹਨਾਂ ਦਾ ਕੁਟਾਪਾ ਕੀਤਾ। ਜਦੋਂ ਖੂਬ ਕੁੱਟਿਆ ਨਾ ਇਹਨਾਂ ਚੇਲਿਆਂ ਨੂੰ, ਮੁੱਲਾ ਚੁੱਪ ਸੀ, ਉਹਨੂੰ ਕੁਝ ਨਹੀਂ ਨੇ ਕਿਹਾ। ਮਸਜਿਦ ਚਲੇ ਗਏ ਅਤੇ ਕਹਿਣ ਲੱਗੇ ਸਾਡੇ ਮੁਰਸ਼ਦ ਚੰਗਾ ਏ, ਸਾਨੂੰ ਮਾਰ ਪਵਾ ਕੇ ਆ ਚੁੱਪ ਕਰਕੇ ਬੈਠੇ ਨੇ, ਕੁਝ ਬੋਲਦੇ ਹੀ ਨਹੀਂ, ਕਾਰਨ ਹੱਦ ਹੋ ਗਏ, ਸਾਨੂੰ ਮਾਰ ਕਿਉਂ ਅਤੇ ਤੁਸੀਂ ਬਚੇ ਕਿਉਂ? ਬੁੱਲੇ ਨੇ ਉਦੋਂ ਇੱਕ ਬਹੁਤ ਵੱਡਾ ਪ੍ਰਤਾਪ ਕੀਤਾ ਸੀ। ਕਹਿਣ ਲੱਗੇ ਤੁਸੀਂ ਸੱਚ ਨੂੰ ਪ੍ਰਾਪਤ ਕਰਕੇ ਬੋਲੇ ਹੋ ਅਤੇ ਮਾਰ ਪਈਏ, ਜੇ ਚੁੱਪ ਰਹਿੰਦੇ ਤੇ ਮਾਰ ਨਹੀਂ ਸੀ ਪੈਣੀ। ਇੰਨੀ ਵੱਡੀ ਸੱਚਾਈ ਹੈ, ਜਿਵੇਂ ਸੱਚ ਨੂੰ ਪਾ ਕੇ ਪਿਆਰੇ ਚੁੱਪ ਕਰ ਗਿਆ, ਉਹਨੂੰ ਵੀ ਸਜਾਵਾਂ ਮਿਲਦੀਆਂ। ਸਜਾਵਾਂ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਸੱਚ ਬੋਲਿਆ, ਭਾਵੇਂ ਉਹ ਰੋਜ਼ਿਆਂ ਦੇ ਸੰਬੰਧ ਦੇ ਅੰਦਰ ਪਿਆਰੇ ਬੋਲਿਆ ਹੋਵੇ, ਅਤੇ ਜਿਨ੍ਹਾਂ ਨੇ 21 ਤੋਂ ਲੈ ਕੇ 25,000 ਲਾਸ਼ਾਂ ਦੀ ਲਿਸਟ ਹਕੂਮਤ ਦੇ ਸਾਹਮਣੇ ਰੱਖੀ ਹੋਵੇ, ਦੱਸੋ ਇਹਨਾਂ ਨੂੰ ਕਿਹੜੇ ਕਾਨੂੰਨ ਦੇ ਅਧੀਨ ਤੁਸਾਂ ਨੇ ਇਹ ਖਤਮ ਕੀਤਾ ਹੈ? ਇਹਨਾਂ ਦਾ ਕਸੂਰ ਕੀ ਹੈ? ਭਲਾ ਉਹਨਾਂ ਨੂੰ ਕੌਣ ਜਿਉਂਦਿਆਂ ਦੀ ਛੱਡਣ ਨੂੰ ਤਿਆਰ ਹੋਏਗਾ?
ਸਤ ਸੰਗੀ ਜਣੋ, ਪਰ ਇਹਦਾ ਦੂਜਾ ਪੱਖ ਵੇਖਿਆ ਜੇ। ਇੱਕ ਤਾਂ ਇਹਨਾਂ ਸਰਸਰੀ ਜੀ 5-7 ਮਿੰਟਾਂ ਵਿੱਚ ਇੱਕ ਲੜੀ ਸਮਝ ਆ ਜੀ, ਕਿਉਂਕਿ ਸਾਡੇ ਅੰਦਰ ਵੀ ਕਈ ਤਰ੍ਹਾਂ ਦੇ ਸੰਸੇ ਵੀ ਖੜੇ ਹੋ ਜਾਂਦੇ ਨੇ। ਫਿਰ ਸੱਚਮੁੱਚ ਹਮੇਸ਼ਾ ਮਾਰ ਹੀ ਪੈਂਦੀ ਰਹਿੰਦੀ ਹੈ। ਕਈ ਸਿੱਖ ਵੀਰ ਵੀ ਕਹਿੰਦੇ ਨੇ, ਜਿਉਂ ਦੀ ਸਤਿਗੁਰੂ ਨੇ ਕੌਮ ਸਾਜੀ ਮੁਸੀਬਤਾਂ ਹੇਲੇ ਤੇ ਕਦੇ ਚੈਨ ਤੇ ਆਇਆ ਹੀ ਨਹੀਂ। ਉਹ ਕਹਿ ਰਹੇ ਹੋ ਮੁਸੀਬਤਾਂ ਵੀ ਉਹਨਾਂ ਤੇ ਆਉਂਦੀਆਂ ਨੇ ਮੇਰੇ ਕਹਿਣ ਤੋਂ ਮੁਰਾਦ, ਜਿਨ੍ਹਾਂ ਦੇ ਪੱਲੇ ਪੋਜੇ। ਭਲਾ ਡਾਕੇ ਕਿੰਨਾ ਘਰਾਂ 'ਚ ਪੈਣੇ, ਜਿੱਥੇ ਨੰਗ ਭੁੱਖ ਹੋਵੇ, ਜਿੱਥੇ ਲੀਰਾਂ ਪਾਉਣ, ਜਿੱਥੇ ਟੁੱਟੇ ਛਿੱਤਰ ਪਾਉਣ। ਨਹੀਂ, ਡਾਕੇ ਉੱਥੇ ਪੈਂਦੇ ਜਿੱਥੇ ਖੀਰੇ ਜਵਾਹਰਾਤ ਸੋਨਾ ਚਾਂਦੀ ਹੋਵੇ। ਸਤਸੰਗਿਓ, ਉਹਨਾਂ ਨੂੰ ਮੁਸੀਬਤਾਂ ਕੀ ਆਉਣੀਆਂ ਨੇ ਜਿਨ੍ਹਾਂ ਦੇ ਪੱਲੇ ਜ਼ਮੀਰ ਨਾ ਹੋਵੇ, ਸੱਚ ਨਾ ਹੋਵੇ। ਜਿਗੋ ਜਿਹਾ ਪਸ਼ੂਆਂ ਨੇ ਜੀਵ ਜੋ ਲਿਆ, ਜਿਗੋ ਜਿਹਾ ਆਦਮੀ ਜੋ ਲਿਆ, ਸਾਹਿਬਾਂ ਨੇ ਆਖਿਆ ਜੇ ਜੀਵੈ ਪੱਤ ਲੱਚੀ ਜਾਏ ਸਭ ਹਰਾਮ ਜਿੱਤਾ ਕਿਸ ਕਾਏ। ਧਿਆਨ ਕਰਨਾ ਗੁਰੂ ਤੇ ਪਿਆਰਿਓ, ਵਕਤੀ ਤੌਰ ਤੇ ਲੱਗਦਾ ਹੈ ਕਿ ਕੂੜ ਦੀ ਜਿੱਤ ਹੋ ਗਈ ਤੇ ਸੱਚ ਦੀ ਹਾਰ ਹੋ ਗਈ, ਪਰ ਇਹ ਕੁਦਰਤ ਦਾ ਕਾਨੂੰਨ ਨਹੀਂ ਹੈ। ਇਹਨੇ ਵੀ ਕਹਿੰਦਾ ਕਲਾ ਸਿੱਖਾਂ ਵਿੱਚ ਸੱਚ ਹੋਵੇ ਉਹਦੀ ਜਿੱਤ ਹੁੰਦੀ ਹੈ। ਕਿਸੇ ਵੀ ਇਨਸਾਨ ਅੰਦਰ ਸੱਚ ਹੈ ਪਿਆਰਿਓ, ਉਹਦੀ ਜਿੱਤ ਹੋਵੇਗੀ। ਭਾਵੇਂ ਉਸ ਵਕਤ ਕਾਲ ਹੋ ਜਾਵੇ, ਕੁਝ ਸਮਾਂ ਪਾ ਕੇ ਉੱਗ ਜਾਏਗੀ। ਮੈਂ ਬੇਨਤੀ ਕਰਾਂ, ਕੁਝ ਉਹ ਲੋਕ ਸਨ ਜਿਹੜੇ ਸੱਚ ਨੂੰ ਪਾ ਕੇ ਚੁੱਪ ਕਰ ਗਏ, ਕੁਝ ਉਹ ਲੋਕ ਨੇ ਜਿਨ੍ਹਾਂ ਅੱਧਾ ਕੁ ਬੋਲਿਆ ਅੱਧਾ ਕੁ ਲੁਕੋ ਲਿਆ, ਪਰ ਤੀਸਰੇ ਉਹ ਲੋਕ ਨੇ ਭਗਤ ਜਨ ਨਾਮ ਦੇ ਭਗਤ ਕਬੀਰ ਸਾਹਿਬਾਨ ਵਰਗੇ ਮਹਾਨ ਪੁਰਖ, ਜਿਨ੍ਹਾਂ ਨੇ ਸੱਚ ਨੂੰ ਪਾ ਕੇ ਖੂਬ ਜਗਤ ਨੂੰ ਸੱਚ ਸੁਣਾਇਆ। ਭਾਵੇਂ ਉਹਨਾਂ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਡੋਬਿਆ, ਭਾਵੇਂ ਉਹਨਾਂ ਨੂੰ ਹਾਥੀ ਦੇ ਪੈਰਾਂ ਚਲੇ ਲਤਾੜਿਆ ਗਿਆ, ਪਰ ਉਹਨਾਂ ਨੇ ਸੱਚ ਤੋਂ ਇੱਕ ਪੈਰ ਵੀ ਆਪਣਾ ਪਿੱਛੇ ਨਹੀਂ ਘਟਾਇਆ। ਇਹ ਵੱਖਰੀ ਗੱਲ ਹੈ, ਰੱਬ ਦੀ ਦਿੱਤੀ ਕੋਈ ਅੰਦਰਲੀ ਤਾਕਤ ਇੰਨੀ ਵੱਧ ਸੀ ਪਿਆਰੇ, ਉਹਨਾਂ ਨੂੰ ਮਾਰ ਚੁਕਾ ਨਾ ਸਕਿਆ। ਪਰ ਗੁਰੂ ਨਾਨਕ ਸਾਹਿਬ ਜਦੋਂ ਆਏ, ਸਾਹਿਬਾਂ ਨੇ ਕਿਰਪਾ ਕੀਤੀ, ਸਾਹਿਬ ਕਹਿੰਦੇ ਸੱਚ ਦੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਹਿ ਲੱਗੇ ਕੇਵਲ ਸੱਚ ਬੋਲਣਾ ਹੀ ਨਹੀਂ, ਪਹਿਲਾਂ ਸੱਚ ਕਮਾਣਾ ਹੀ। ਫਿਰ ਕਹਿੰਦੇ ਸੱਚ ਬੋਲਣਾ ਨਹੀਂ, ਸੱਚ ਜਦੋਂ ਲੋੜ ਹੈ ਉਦੋਂ ਉਹਨੂੰ ਸਮਾਂ ਟਪਾ ਕੇ ਬੋਲਣ ਦਾ ਕੋਈ ਲਾਭ ਨਹੀਂ। ਕਈ ਵਾਰ ਕਹਿੰਦਾ ਕਿ ਜੰਗ ਵਿੱਚ ਕਾਇਰ ਬਣ ਕੇ ਭਜਣਾ, ਨੋਟ ਇਕੱਠੇ ਕਰਨੇ, ਖੂਨ ਤੇ ਲੈਕਚਰ ਬਹੁਤ ਹੁੰਦੇ ਨੇ, ਐਸਾ ਮੇਰੀ ਕੌਮ ਚ ਹੋਇਆ। ਸਤ ਸੰਗੀ ਜਣੋ, ਜਿਹੜੇ ਬਹੁਤ ਲੋਕ ਕਾਇਰ ਕਿਧਰੇ ਨਿਕਲੇ ਧੋਖੇ ਬਾਜ ਸਨ, ਪੁੱਛੇ ਉਹਨਾਂ ਨੇ ਬਹੁਤ ਰੁਪਈਏ ਕਮਾ ਕੇ ਬੜਾ ਕੁਛ ਬਣਾਇਆ, ਖੈਰ ਸਤਿਗੁਰੂ ਬਖਸ਼ੇ। ਸਾਹਿਬ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਉਦੋਂ ਬੋਲੇ ਉਹਦੇ ਤੇ ਪਹਿਰਾ ਦੇਵੇ। ਪਰ ਤੁਸੀਂ ਵੇਖੋ, ਜਿਨ੍ਹਾਂ ਨੇ ਬੋਲਿਆ ਸੱਚ ਤੇ ਸਤਿਗੁਰੂ ਨੇ ਬੋਲਿਆ ਨਹੀਂ, ਉਹਦੇ ਬਾਅਦ ਜਿੱਤ ਵੀ ਕੋਈ ਹੈ। ਜਦੋਂ ਕਿਧਰੇ ਤੁਸੀਂ ਵੇਖੋ, ਪੁਰਾਤਨ ਤੋਂ ਲੈ ਕੇ ਕਤਈ ਦੇ ਕਹਿਣ ਤੇ ਸ੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲਦਾ ਹੈ ਪਿਆਰਿਓ, ਉਦੋਂ ਲੋਕਾਂ ਨੇ ਕਿਹਾ ਹੋਏਗਾ ਕੂੜ ਦੀ ਜਿੱਤ ਹੋ ਗਈ, ਰਾਮ ਚੰਦਰ ਜੀ ਸੱਚੇ ਕਾਨ ਹੈ। ਪਰ ਦੇਖੋ ਉਹਨਾਂ ਦੀ ਹਾਰ ਹੋ ਗਈ ਵਿਚਾਰੇ ਜੰਗਲਾਂ ਵਿੱਚ, ਉਹ 14 ਸਾਲ ਜਾਤ ਤੇ ਦੁੱਖ ਝੱਲਦੇ ਰਹੇ। ਜਦੋਂ ਕੰਸ ਨੇ ਸਾਧ ਸੰਗਤ ਕ੍ਰਿਸ਼ਨ ਵਰਗਿਆਂ ਦੇ ਮਾਤਾ ਪਿਤਾ ਨੂੰ ਜੇਲ੍ਹ ਵਿੱਚ ਪਾਇਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੇ ਗਏ, ਕਿਹਾ ਸੀ ਨਾ ਵੀ ਉਹਦੀ ਜਿੱਤ ਤੇ ਸੱਚ ਦੀ ਕਾਰ ਹੋਏ, ਸਮਾਂ ਬਦਲਿਆ ਹੈ। ਰਾਮ ਚੰਦਰ ਨੂੰ ਲੋਕਾਂ ਨੇ ਭਗਵਾਨ ਕਰਕੇ ਪੂਜਿਆ ਹੈ, ਕ੍ਰਿਸ਼ਨ ਨੂੰ ਗੁਰੂ ਕੇ ਪਿਆਰੇ ਦੁਆਪਰ ਦੇ ਅਵਤਾਰ ਬਣਾ ਕੇ। ਜਦੋਂ ਕਰਨਾਕਸ਼ ਪ੍ਰਹਿਲਾਦ ਜੀ ਨੂੰ
ਵਾਰ-ਵਾਰ ਸਜਾਵਟਾਂ ਦਿੰਦੇ ਨੇ। ਕਦੇ ਵਿਚਾਰੇ ਆਪਣੇ ਪੁੱਤ ਨੂੰ ਉੱਚੇ ਦਰਖਤ ਤੋਂ ਡੇਗਦਾ, ਕਦੇ ਪਹਾੜ ਤੋਂ ਡੇਗਦਾ, ਕਦੇ ਪਾਣੀ ਵਿੱਚ ਡੋਬਦਾ, ਕਦੇ ਬਲਦੀ ਅੱਗ ਵਿੱਚ ਬਣਦਾ ਏ। ਉਦੋਂ ਤਾਂ ਕਹਿੰਦੇ ਹੋਣਗੇ ਨਾ, ਦੇਖੋ ਜੀ ਕੂੜ ਦੀ ਜਿੱਤ ਹੋ ਰਹੀ ਤੇ ਸੱਚ ਦੀ ਕਾੜ। ਪਰ ਸਮਾਂ ਬਦਲਿਆ, ਹਰਨਾਕਸ਼ ਨੂੰ ਦੁਸ਼ਟ ਕਹਿ ਕੇ ਤਿਰਸਕਾਰਿਆ, ਪ੍ਰਹਿਲਾਦ ਅੱਜ ਵੀ ਜਿਉਂਦਾ ਤੇ ਜੁਗਾਂ ਤੱਕ ਉਹ ਜਿਉਂਦਾ ਰਹੇਗਾ। ਪਿਆਰਿਓ, ਪ੍ਰਹਿਲਾਦ ਦਾ ਵਾਰਤੀ ਮੁੰਡਾ ਕੀ ਖੋਇਆ? ਪ੍ਰਹਿਲਾਦ ਨੂੰ ਉਦੋਂ ਵੀ ਕੁੱਝ ਨਹੀਂ ਖੋਇਆ। ਸਾਡੇ ਸਾਹਮਣੇ ਇਹ ਪ੍ਰਤੀਕ ਹਨ। ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਜਦੋਂ ਬਾਬਰ ਹਮਲੇ ਕਰਦਾ ਏ, ਸਤਿਗੁਰੂ ਪਿਤਾ ਜੀ ਨੇ ਦੂਰ ਖਲੋ ਤੇ ਸੱਚ ਨਹੀਂ ਬੋਲਿਆ, ਲੋਕੋ ਬਾਬਰ ਧੱਕਾ ਕਰ ਰਿਹਾ ਜੇ। ਵਿਚਾਰਿਆ ਜਿਹਨਾਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ, ਪਿਆਰਿਓ ਸੱਚ ਦੀਆਂ ਕੁਝ ਬਾਤਾਂ ਕਰਨ ਲਈ ਕਹਿਣ ਲੱਗੇ। ਦੂਰ ਖਲੋ ਤੇ ਕਿਹਾ ਨਹੀਂ, ਬਾਬਰ ਧੱਕਾ ਕਰ ਰਿਹਾ ਗਰੀਬ ਲੋਕਾਂ ਤੇ, ਨਹੀਂ ਜਿੱਥੇ ਧੱਕਾ ਪੂ ਰਿਹਾ ਸੀ ਉਹਨਾਂ ਦੇ ਵਿੱਚ ਖਲੋ ਤੇ ਬਾਬਰ ਦੀ ਤਹਿਤ ਵਿੱਚ ਜਾ ਕੇ ਪੈ ਗਏ ਤੇ ਉਹਨਾਂ ਚਿਰ ਤਹਿਤ ਵਿੱਚੋਂ ਗੁਰੂ ਪਰਮੇਸ਼ਰ ਬਾਹਰ ਨਹੀਂ ਆਏ, ਜਿਹਨਾਂ ਚਿਰ ਬਾਬਰ ਨੂੰ ਚਰਨੀ ਹੀ ਦੇਖ ਲਿਆ ਤੇ ਸਾਰੇ ਕੈਦੀਆਂ ਨੂੰ ਆਪਣੇ ਘਰ ਲਈ ਭਿਜਵਾ ਦਿਆ। ਸਤਸੰਗੀ ਜਣੋ, ਜੇ ਕੂੜ ਨੇ ਫਿਰ ਕਮਲਾ ਕੀਤਾ ਏ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਕੋਈ। ਸਤਸੰਗਿਓ, ਜਦੋਂ ਸ਼ਹੀਦ ਕੋ ਇਹਨੇ ਸਤਿਗੁਰੂ ਲੋਕਾਂ ਨੇ ਖੋਕਾ ਲਿਆ, ਵੇਖੋ ਉਹ ਸੱਚ ਤੱਤੀ ਤਵੀ ਤੇ ਰੱਖ ਕੇ ਸਾੜਤਾ ਜਾ ਰਿਹਾ ਏ, ਤੱਤਿਆਂ ਰੇਤਾਂ ਤੇ ਤੱਤੀ ਪਾਣੀ ਵਿੱਚ ਪਾ ਕੇ ਕੁਮਾਰਤਾ ਜਾ ਰਿਹਾ ਏ। ਪੂਰ ਸਿੰਘਾਸਨ ਤੇ ਬੈਠਾ ਏ, ਆਨੰਦ ਲੈ ਰਿਹਾ ਏ। ਪਰ ਸਾਧ ਸੰਗਤ, ਜਿਹੜੇ ਪੂਰ ਨੇ ਇਹ ਪਾਪ ਕੀਤਾ ਨੂੰ ਕੌਣ ਪਿੱਛਦਾ ਏ? ਪਰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਕਰੋੜਾਂ ਦੀ ਅਰਬਾਂ ਲੋਕਾਂ ਦੀ ਜ਼ੁਬਾਨ ਤੇ ਕਿਰਦਿਆਂ 'ਚ ਅੱਜ ਵੀ ਰਾਤ ਕੱਟ ਰਹੇ ਨੇ। ਸਾਧ ਸੰਗਤ, ਭੱਟਾ ਜੀ ਤਾਂ ਮੇਰੇ ਸਾਹਿਬ ਦੇ ਸੰਬੰਧ ਵਿੱਚ ਇੱਕ ਹੋਰ ਬਚਨ ਕਿਹਾ ਹੈ ਨਾ, ਉਹ ਤਾਂ ਕਹਿੰਦੇ ਜਬ ਲਉ ਨੀ ਭਾਗ ਲਿਲਾਰ ਉਦੈ, ਤਬ ਲਉ ਭਰਮ ਤੇ ਫਿਰ ਤੇ ਬਹੁਤ ਆਇਓ, ਕਲ ਹੋਰ ਸਮੁੰਦਰ ਮੈਂ ਮੂਰਤ ਤੇ ਕਬੂ ਮਿਟਤੈ ਨਹੀਂ ਰੇ, ਪਛਤਾਇਓ ਤਤ ਵਿਚਾਰ ਯਤੈ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਸਤਿਗੁਰੂ ਅੱਜ ਵੀ ਰਹਿਮਤਾਂ ਵੰਡ ਰਹੇ ਨੇ। ਜਦੋਂ ਕਜੋਰ ਤੋਂ ਸ਼ਹੀਦ ਕੀਤਾ ਗਿਆ, ਇਤਿਹਾਸ ਕਹਿੰਦਾ ਸਾਹਿਬਾਂ ਦੀ ਰਚਨਾ ਤੇ ਅੰਤਲੇ ਬਚਨ ਇਹ ਸਨ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜਿਹੜੀ ਗੁਰੂ ਨਾਨਕ ਦੀ ਵਡਿਆਈ ਨੂੰ ਖਤਮ ਕਰਨਾ ਚਾਹੁੰਦਾ ਏ, ਉਹ ਤਾਂ ਅੱਜ ਇਹ ਸ਼ਹਾਦਤ ਨਾਲ ਚਾਰ ਕੁੰਟਾਂ 'ਚ ਪੈਰ ਗਈ, ਨਹੀਂ ਕਹਿੰਦੇ ਸਗਲੇ ਯੁਗ ਅੰਤਰ ਸਾਰੇ ਯੁੱਗਾਂ ਤੱਕ ਕੇ ਪੈਰ ਗਈ ਹੈ। ਪਰ ਵੇਖੋ, ਜੇ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਕਾ ਦੇ ਕਿਲ੍ਹੇ ਦੇ ਅੰਦਰ ਬੰਦ ਕਰਨ, ਉੱਚੇ 52 ਰਾਜੇ ਪਹਾੜੀ ਵੀ ਬੰਦ ਕਰਨ, ਸਾਧ ਸੰਗਤ ਕੇਵਲ ਕੁਝ ਮਸ਼ੀਨੇ ਸਤਿਗੁਰੂ ਪਿਤਾ ਮਹਾਰਾਜ ਅੰਦਰ ਰਹੇ ਨੇ, ਸਹਿਬ ਚਾਹੁੰਦੇ ਇਹਦੀ ਤਾਕਤ ਤੇ ਸਤਿਗੁਰੂ ਜੀ ਨੂੰ ਜੇਲ੍ਹਾਂ ਵਿੱਚ ਪਾਵੇ। ਪਿਆਰੋ, ਮੇਰੇ ਗੁਰੂ ਨਾਨਕ ਦੇ ਕਰ ਤਾਕਤਾਂ ਵੱਡੀਆਂ ਜੇ, ਪਰ ਅਫਸੋਸ ਅੱਜ ਕੁਝ ਲਹਿਰਾਂ ਚੱਲ ਪਈਆਂ ਨੇ ਮੇਰੀ ਕੌਮ ਅੰਦਰ, ਜਿਹੜੇ ਗੁਰੂ ਨਾਨਕ ਦੀ ਤਾਕਤ ਦੱਸਣ ਦੀ ਬਜਾਏ ਗੁਰੂ ਨਾਨਕ ਸਾਹਿਬ ਦੇ ਔਗਣ ਲੱਭ ਕੇ ਵੀ ਉਹਨਾਂ ਵਿੱਚ ਕੋਈ ਔਗਣ ਮਨ ਚੋਂ ਪਾ ਲੈਣਗੇ, ਉਹ ਪ੍ਰਚਾਰ ਕਰਨ, ਕਹਿੰਦੇ ਸਿੱਖੀ ਦਾ ਪ੍ਰਚਾਰ ਕਰਦੇ ਹਾਂਗੇ। ਤੇ ਗੁਰੂ ਘਰਾਂ ਵਿੱਚ ਵੀ ਕਦੇ ਕਦੇ ਉਹ ਆ ਕੇ ਆਪਣਾ ਕੀਰਤ ਛੱਡ ਹੀ ਜਾਂਦੇ ਨੇ। ਮੈਂ ਬੇਨਤੀ ਕਰਨ ਲੱਗਾ ਜੇ ਸੁਚੇਤ ਹੋਤਾ ਜੇ
ਜੇ ਅੰਦਰ ਦਰਦ ਦੇ ਸੱਚਮੁੱਚ ਜੇ ਕੇਵਲ ਵਕਤ ਪੂਰਾ ਕਰਨ ਲਈ ਸਮਾਗਮ ਰੱਖਦੇ ਹੋ ਤੁਹਾਨੂੰ ਮੁਬਾਰਕ ਹੋਵੇ। ਪਰ ਜੇ ਸਤਿਗੁਰੂ ਜੀ ਦਾ ਸੱਚ ਹੈ, ਅੱਜ ਕੁਝ ਲੋਕ ਉਹ ਨੇ ਜਿਹੜੇ ਜਗ੍ਹਾ ਜਗ੍ਹਾ 'ਤੇ ਸਮਾਗਮ ਕਰ ਰਹੇ ਨੇ, 1500 ਗਲਤੀ ਗੁਰੂ ਗ੍ਰੰਥ ਸਾਹਿਬ 'ਚ ਕੱਢ ਬੈਠੇ, ਜਦੋਂ ਕਿ ਉਸਨੇ ਵੀ ਬੇਨਤੀ ਕੀਤੀ ਸੀ ਗਲਤੀ ਇਸ ਪਾਪੀ ਮਨ ਵਿੱਚ ਸਤਿਗੁਰੂ 'ਚ ਨਾ ਕਦੇ ਭੁੱਲ ਸੀ ਨਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਤਸੰਗਿਓ ਮੈਂ ਬੇਨਤੀ ਕਰ ਲੱਗਾ ਜਰਾ, ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਤਾਕਤਾਂ ਸਿੱਖ ਨੇ ਦੱਸਣੀਆਂ ਸਨ ਭਈ ਇਹ ਜਿਹਦੇ 'ਤੇ ਰਹਿਮਤ ਕਰ ਦੇਵੇ ਸਤਸੰਗਿਓ ਉਹਨੂੰ ਕਿਹੜੀ ਦੁਨੀਆਂ ਦੀ ਤਾਕਤ ਪਕੜ ਸਕਦੀ ਏ। ਪਰ ਜੇ ਸਿੱਖ ਉਹਨਾਂ ਤਾਕਤ ਨੂੰ ਲੈ ਕੇ ਤਰ੍ਹਾਂ ਮਾਤਾਂ ਦਾ ਸਹਾਰਾ ਲਵੇ, ਉਹਦੇ ਨਾਲ ਮਨੁੱਖਤਾ ਦਾ ਭਲਾ ਨਹੀਂ ਹੁੰਦਾ। ਲੋਕੀ ਸੱਚ ਤੱਕ ਨਹੀਂ ਪਹੁੰਚ ਸਕਦੇ, ਸੱਚ ਨੂੰ ਪਿਆਰ ਨਹੀਂ ਕਰਨਗੇ, ਦੁਨੀਆਂ 'ਚ ਕੂੜ ਪੈਲੇਗਾ। ਇਸ ਲਈ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਭਾਵੇਂ ਗਵਾਲੀਅਰ ਦੇ ਕਿਲੇ ਵਿੱਚ ਬੰਦ ਨੇ, ਪਰ ਉਹਨਾਂ ਦੀ ਮੌਤ ਹੈ। ਜੇ ਚਾਹਣ ਤਾਂ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜਦੋਂ ਪਿਆਰਿਓ ਕਿ ਹਿੰਦੁਸਤਾਨ ਦੀ ਆਜ਼ਾਦੀ ਲਈ ਜਿਸ ਆਜ਼ਾਦ ਮੁਲਕ ਨੇ ਖਾਤੇ ਵਰਗਿਆਂ ਨੂੰ ਸਦਾ ਲਈ ਇਸ ਧਰਤੀ ਤੋਂ ਓਹਲੇ ਕੀਤਾ ਪਰ ਕੌਮ ਦੇ ਦਿਲਾਂ ਤੋਂ ਨਹੀਂ। ਜਦੋਂ ਦੀ ਆਜ਼ਾਦੀ ਲਈ ਜੰਗ ਜੋਗ ਚੱਲ ਰਹੀ ਸੀ ਭਾਈ ਸਾਹਿਬ ਜੇਲ੍ਹ ਵਿੱਚ ਸਨ ਅਤੇ ਇੱਕ ਦਿਨ ਉਹਨਾਂ ਨੇ ਕੁਝ ਐਪੋ ਜੀ ਗੱਲ ਕੀਤੀ, ਕਹਿਣ ਲੱਗੇ ਜਿੱਥੇ ਸਾਹਿਬਾਂ ਦਾ ਪ੍ਰਕਾਸ਼ ਹੋ ਇਹਨਾਂ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਉੱਚ ਮਿੱਟੀ ਦੇ ਤੇਲ ਦਾ ਦੀਵਾ ਨਾ ਬਾਲਿਆ ਕਰੋ। ਉਦੋਂ ਲਾਈਟ ਨਹੀਂ ਸੀ ਕਿ ਬਿਜਲੀ ਅਜੇ ਘਰ ਘਰ ਆਈ ਲੜਕੀ ਜਗ੍ਹਾ 'ਤੇ ਸੀ। ਕਹਿਣ ਲੱਗੇ ਕਾਰਨ, ਕਹਿੰਦੇ ਜਿੱਥੇ ਸਾਹਿਬਾਂ ਦਾ ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਗੁਰੂ ਸਾਹਿਬ ਘਾਟਰ ਨਾਜ਼ਰ ਆਪ ਨੇ ਅਨੇਕਾਂ ਸ਼ਹੀਦ ਗੁਰੂ ਕੇ ਪਿਆਰੇ ਅਤੇ ਅਨੇਕਾਂ ਬੰਦਗੀ ਪਾਲੀਆਂ ਰੂਹਾਂ ਆਖੰਡ ਪਾਠ ਸਾਹਿਬ ਆ ਕੇ ਬਾਣੀ ਸੁਣਦੀਆਂ ਨੇ ਅਤੇ ਮਿੱਟੀ ਦੇ ਤੇਲ ਦੀ ਸਮੈਲ ਜਿਹੜੀ ਉਹ ਬਹਿ ਨਹੀਂ ਲੈਂਦੇ। ਕਹਿਣ ਲੱਗੇ ਅਸੀਂ ਜੇਲ੍ਹ ਵਿੱਚੋਂ ਜਦੋਂ ਆ ਕੇ ਨਾਤਵਾਲ ਸੁਣਦੇ ਬੜਾ ਬੈਠਣਾ ਮੁਸ਼ਕਲ ਸੀ ਸਾਰਿਆਂ ਨੂੰ। ਉਹ ਕਹਿਣ ਲੱਗੇ ਕਿ ਕੁਝ ਹੀ ਗੱਲ ਕਰੀ ਜਾਂਦੇ ਹੋ, ਜੇਲ੍ਹ ਵਿੱਚੋਂ ਪਾਠ ਕਿਵੇਂ ਸੁਣ ਤੁਸੀਂ ਆ ਸਕਦੇ ਹੋ, ਸ਼ਹੀਦਾਂ ਦਾ ਤੇ ਅਸੀਂ ਦਿਸਦੇ ਨਹੀਂ ਸਾਨੂੰ ਸਾਧ ਸੰਗਤ ਇਹ ਤਾਂ ਸਾਹਿਬ ਜਿਹਨਾਂ ਨੂੰ ਦਿਖਾਵੇ। ਪਰ ਗੱਲ ਕੇਵਲ ਸੱਚ ਦੀ ਕਰਨ ਲੱਗੇ ਸਾਂ ਵੀ ਜਦੋਂ ਉਹਨਾਂ ਨੇ ਆਖਿਆ ਤੁਸੀਂ ਪਾਠ ਸੁਣਦੇ ਹੋ ਆ ਕੇ, ਹਜ਼ਾਰੀ ਬਾਗ ਪਿੱਛੇ ਬਿਹਾਰ ਵਿੱਚ ਹੈ ਪਿੱਛੇ ਨਾਨਕਾ ਲੁਧਿਆਣੇ ਕੋਲ, ਉੱਥੇ ਸੁਣਦੇ ਹੋ? ਕਹਿੰਦੇ ਤਾਂ, ਕਹਿੰਦੇ ਅਸੀਂ ਨਹੀਂ, ਜਿਹਨਾਂ ਤਿੰਨ ਧੰਨ ਗੁਰੂ ਨਾਨਕ ਸਾਹਿਬ ਮੇਰ ਕਰਨ ਤੋਂ ਸਾਥ ਆਖਿਆ ਭਾਈ ਜੇਕਰ ਇਹ ਸੱਚੀ ਗੱਲ ਹੈ ਤੇ ਤੁਸੀਂ ਜੇਲ੍ਹ ਵਿੱਚੋਂ ਬਾਹਰ ਕਿਵੇਂ ਬਾਹਰ ਕਿਉਂ ਨਹੀਂ ਆ ਜਾਂਦੇ? ਉਹ 'ਚ ਇੰਨੀਆਂ ਸਜਾਵਾਂ ਮਿਲ ਰਹੀਆਂ ਨੇ, ਕਿਤਨੇ ਕਿਤਨੇ ਤਸੀਹੇ ਝਲਕੇ ਜਾ ਰਹੇ ਨੇ, ਕਿਤਨੇ ਦੁੱਖ ਮਿਲ ਰਹੇ ਨੇ। ਭਾਈ ਸਾਹਿਬ ਨੇ ਆਖਿਆ ਇੱਕ ਬਹੁਤ ਵੱਡੀ ਗੱਲ ਨਹੀਂ ਜੇਲ੍ਹ ਵਿੱਚੋਂ ਬਾਹਰ ਪਾਉਣਾ। ਇਹ ਤਾਂ ਤੁਸੀਂ ਪਿਆਰੇ 84 ਤੋਂ ਪਹਿਲਾਂ ਸੰਤਾਂ ਵਾਸਤੇ ਵੀ ਕਈ ਘਟਨਾਵਾਂ ਅੱਖੀ ਵੀ ਦੇਖੀਆਂ ਨੇ ਅਤੇ ਤੁਸਾਂ ਨੇ ਕੁਝ ਸੁਣੀਆਂ ਵੀ ਨੇ। ਫਿਰੋਜ਼ਪੁਰ ਜੇਲ੍ਹ ਵਿੱਚ ਵੀ ਬੰਦ ਹੈ ਅਤੇ ਹਰਿਮੰਦਰ ਸਾਹਿਬ ਵਿੱਚ ਵੀ ਤੱਕਦੇ ਹੋ। ਇਹ ਸਤਿਗੁਰੂ ਜੀ ਦੇ ਤਾਂ ਬਹੁਤ ਛੋਟੀਆਂ ਗੱਲਾਂ ਨੇ ਜਿਹਨੂੰ ਦੁਨੀਆਂ ਨੇ ਬਹੁਤ ਵੱਡੀ ਆਖਿਆ ਹੈ। ਇਹ 'ਚ ਇੰਨਾ ਕੁਝ ਹੈ, ਸਹਿਬ ਆਖਦੇ ਜਦੋਂ ਰੱਬ ਵੱਲ ਹੋਵੇ ਨਾ ਉਦੋਂ ਕਹਿ ਤਾਂ ਧਰਨ ਕੀ ਕੋਟੀ ਕਰੋ, ਪੂਰੀ ਧਰਤੀ ਨੂੰ ਚਲਾਉਣ ਦੀ ਸਮਰੱਥਾ ਗੁਰੂ ਨਾਨਕ ਦਾ ਘਾਟ ਆਖਦਾ ਹੈ ਸਤਸੰਗਿਓ। ਪਰ ਉਹ ਕਹਿਣ ਲੱਗੇ ਜੀ ਤੁਸੀਂ ਬਾਹਰ ਕਿਉਂ ਨਹੀਂ ਆ ਗਏ ਜੇ ਸੱਚੀ ਗੱਲ ਹੈ? ਕਹਿਣ ਲੱਗੇ ਆਉਣਾ ਆਸਾਨ ਹੈ, ਨਾਲ ਦੇ ਸਿੰਘਾਂ ਨੂੰ ਵੀ ਲਿਆ ਸਕਦੇ ਹਾਂ, ਪਰ ਅਸੀਂ ਹਾਂ ਸਿੱਖ ਗੁਰੂ ਨਾਨਕ ਸਾਹਿਬ ਦੇ, ਅਸੀਂ ਸਿੱਖਾਂ ਗੁਰੂ ਤੇਗ ਬਹਾਦਰ ਪਿਤਾ ਦੇ, ਅਸੀਂ ਮੁਰੀਦਾਂ ਕਲਗੀਆਂ ਵਾਲੇ ਪਿਤਾ ਜੀ ਦੇ। ਇਹ 'ਚ ਹੁਕਮ ਹੈ ਰਜਾ ਵਿੱਚ ਰਹਿਣ ਦਾ, ਭਾਣੇ ਵਿੱਚ ਰਹਿਣ ਦਾ,
ਕਹਿਣ ਲੱਗੇ ਜੇ ਭਾਂਡੇ ਵਿੱਚ ਰਹਿ ਕੇ ਜਿਹੜਾ ਆਨੰਦ ਹੈ ਉਹ ਜੇਲ੍ਹ ਵਿੱਚੋਂ ਬਾਹਰ ਆ ਕੇ ਤਰ੍ਹਾਂ ਮਾਤ ਦੇ ਨਾਲ ਉਹ ਆਨੰਦ ਨਹੀਂ ਰਹੇਗਾ ਤੇ ਜਿਹੜਾ ਸੱਚ ਪ੍ਰਗਟ ਹੋਣਾ ਉਹ ਸਦਾ ਹੀ ਛਿਪ ਜਾਏਗਾ। ਕਹਿਣ ਲੱਗੇ ਕੁ ਵੱਡੀਆਂ ਗੱਲਾਂ ਨੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਪਿਆਰੋ ਕੈਦ ਵਿੱਚ ਨੇ ਬਾਹਰ ਕੈਸਾ ਅੰਦਰ ਕੈ ਸਾਹਿਬਾਂ ਨੇ ਸਾਡੇ ਪੂਰਨੇ ਪਾਏ ਹਕੂਮਤ ਕੂੜ ਕੰਬਦਾ ਹੈ ਤੇ ਕਹਿੰਦੇ ਬਾਹਰ ਚਲੇ ਜਾਓ ਕਹਿੰਦੇ ਇਕੱਲੇ ਨਹੀਂ 52 ਚਰਨਾਂ ਤੇ ਡਿੱਗੇ ਨੇ ਜੇ 52 ਰਾਜੇ ਛੱਡੋਗੇ ਤੇ ਨਿਕਲਦੇ ਨਹੀਂ ਤੇ ਇੱਥੇ ਬੈਠੇ ਹਾਂ। ਉਹਨਾਂ ਨੇ ਭਾਵੇਂ ਬਹਾਨਾ ਬਣਾਇਆ ਭਈ ਕਲੀਆਂ ਜਿਤਨੀਆਂ ਪਕੜ ਕੇ ਨਿਕਲ ਜਾਣ ਚਲੋ ਉਹਨੇ ਕੱਢ ਲਓ ਕਿਉਂਕਿ ਕੂੜ ਕੋਲ ਡੋਲ ਗਿਆ ਘਬਰਾ ਚੁੱਕਾ ਹੈ ਤੇ ਉਦੋਂ 52 ਦੀ 52 ਸਾਹਿਬਾਂ ਨੇ ਉਹ ਹੀ ਛੁਡਾਏ। ਗੁਰੂ ਕੇ ਪਿਆਰੇ ਜ਼ੁਲਮ ਹੋਇਆ ਹੈ ਤਲਗੀਆਂ ਵਾਲੇ ਪਿਤਾ ਮਹਾਰਾਜ ਨੂੰ ਕਦੇ 10 ਲੱਖ ਦਾ ਘੇਰਾ ਕਦੇ ਪਿਆਰੇ 1 ਲੱਖ ਦਾ ਘੇਰਾ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਕਹਿਣ ਉਹਨਾਂ ਦੀ ਸ਼ਹਾਦਤ ਜਦੋਂ ਹੋਏ ਉਦੋਂ ਵੀ ਤਾਂ ਕਿਹਾ ਕਿ ਕੂੜ ਲਓ ਜਿੱਤ ਗਿਆ ਜੇ ਮਾਂ ਗੁਜਰੀ ਸ਼ਹੀਦ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਹੋ ਗਏ ਚਾਰੇ ਸਾਹਿਬਜ਼ਾਦੇ ਹੋ ਗਏ ਅਨੰਦਪੁਰ ਸਾਹਿਬ ਖੁੱਸ ਗਿਆ ਹੁਣ ਸਾਡੇ ਕੋਲ ਕੀ ਰਹਿ ਗਿਆ ਏ। ਨਹੀਂ ਪਿਆਰੋ ਸਾਡੇ ਕੋਲ ਸਤਿਗੁਰੂ ਰਹਿ ਗਏ ਉਦੋਂ ਤਾਂ ਆਖਿਆ ਸ਼ਾਇਦ ਕੂੜ ਜਿੱਤ ਗਿਆ ਪਤਾ ਉਦੋਂ ਹੀ ਲੱਗਾ ਜਦੋਂ ਸੱਚ ਫਿਰ ਸਾਹਮਣੇ ਆ ਕੇ ਖਲੋ ਗਿਆ। ਕੁਛ ਸਾਲਾਂ ਬਾਅਦ ਸਤਿਗੁਰੂ ਨੇ ਸਿੱਖਾਂ ਨੂੰ ਰਾਜੇ ਬਣਾਤਾ ਰਾਜੇ। ਗੁਰੂ ਸਵਾਰਿਓ ਮੈਂ ਬੇਨਤੀ ਕਰਾਂ ਸੱਚ ਨੂੰ ਪਿਆਰ ਪਹਿਲਾਂ ਤੇ ਕਮਾਉਣਾ ਬੜਾ ਔਖਾ ਏ ਜੇ ਜ਼ੁਲਮ ਦੇ ਖਿਲਾਫ ਸੱਚ ਨੂੰ ਜਿਵੇਂ ਇਕੱਠੇ ਕਰਨੇ ਤੱਚ ਇਹ ਤਾਂ ਪਿਆਰੋ ਇਹ ਵੀ ਹੋਰ ਔਖਾ ਹੈ ਕਿਉਂਕਿ ਸਾਹਮਣੇ ਕਹਿ ਜਿੰਨਾ ਸੱਚ ਨੂੰ ਪ੍ਰਾਪਤ ਕਰਨ ਲਈ ਵੱਡੀ ਕੁਰਬਾਨੀ ਕਰਨੀ ਪੈਂਦੀ ਏ ਉਹਨਾਂ ਸੱਚ ਨੂੰ ਪਾਉਣ ਤੋਂ ਬਾਅਦ ਵੀ ਕੁਰਬਾਨੀ ਕਰਨੀ ਪੈਂਦੀ ਹੈ। ਗੁਰੂ ਸਵਾਰਿਓ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ ਹੈ ਉਹ ਕਹਿੰਦੇ ਨੇ ਇੱਕ ਦਿਨ ਪਾਣੀ ਦੇ ਚਸ਼ਮੇ ਕੋਲ ਖਲੋਤਾ ਸਾਂ ਕਿਉਂਕਿ ਚਸ਼ਮਾ ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਚਸ਼ਮਾ ਚਸ਼ਮੇ ਦਾ ਕੀ ਕੰਮ ਹੁੰਦਾ ਜਦੋਂ ਪੈਦਾ ਹੁੰਦਾ ਥੋੜ੍ਹੀ ਜਿਹੀ ਮਾਤਰਾ ਵਿੱਚ ਕਹਿੰਦੇ ਪਾਣੀ ਵਹਿੰਦਾ ਜਾਂਦਾ ਏ ਚਸ਼ਮੇ ਤੋਂ ਪਿਆਰਿਓ ਅੱਗੇ ਨਾਲੇ ਨਦੀਆਂ ਦਰਿਆ ਬਣ ਕੇ ਫਿਰ ਸਾਗਰ ਵਿੱਚ ਜਾ ਪੈਂਦਾ ਸਾਗਰ ਤੋਂ ਨਿਕਲਿਆ ਕਈਆਂ ਦੀ ਮਹਿਲ ਧੋਂਦਾ ਏ ਕਈਆਂ ਨੂੰ ਇਸ਼ਨਾਨ ਕਰਾਉਂਦਾ ਏ ਕਈਆਂ ਦੀ ਪਿਆਸ ਬੁਝਾਉਂਦਾ ਏ ਕਈਆਂ ਦੀਆਂ ਫਸਲਾਂ ਭਰੀਆਂ ਭਰੀਆਂ ਕਰਦਾ ਏ ਪਰ ਤੁਰਿਆ ਵੀ ਜਾਂਦਾ ਮੰਜ਼ਲ ਵੱਲ ਪਰ ਤੁਹਾਨੂੰ ਪਤਾ ਜਦੋਂ ਚਸ਼ਮਾ ਨਿਕਲਦਾ ਆਏਗਾ ਉਦੋਂ ਇਹਦਾ ਰਸਤਾ ਸਾਫ਼ ਨਹੀਂ ਹੁੰਦਾ ਰਸਤੇ ਦਰਿਆਵਾਂ ਦੇ ਸਾਫ਼ ਹੁੰਦੇ ਨੇ ਚਸ਼ਮੇ ਦੇ ਸਾਹਮਣੇ ਕਿਧਰੇ ਟੋਏ ਡੂੰਘੇ ਕਿਧਰੇ ਵੱਡੀਆਂ ਚਟਾਨਾਂ ਆ ਖਲੋਂਦੀਆਂ ਨੇ ਅਤੇ ਜਦੋਂ ਉਹ ਪਾਣੀ ਦਾ ਚਸ਼ਮਾ ਚਟਾਨ ਨਾਲ ਵੱਜਾ ਅਤੇ ਥੋੜ੍ਹਾ ਕੁ ਸਮਾਂ ਪਿੱਛੇ ਨੂੰ ਪਰਚਦਾ ਹੈ ਨਾ ਜਿੰਨਾ ਚਿਰ ਉਹ ਭਰੇ ਨਾ ਉਹ ਚਿਰ ਰੁਕ ਕੇ ਭਾਈ ਵੀਰ ਸਿੰਘ ਨੇ ਕੌਮ ਲਈ ਇੱਕ ਗੱਲ ਕਹੀ ਸੱਚ ਦੇ ਪਿਆਰਿਆਂ ਲਈ ਕਹਿੰਦੇ ਵਹਿੰਦਾ ਉੱਡਦਾ ਪਾਣੀ ਤੱਕ ਕੇ ਦਿਲ ਤੇਰਾ ਵਹਿ ਤੁਰਿਆ ਜਿਵੇਂ ਉਹ ਸੀ ਨਾ ਦਾਦਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਅੰਦਰ ਖੁਰਿਆ ਹੈ ਪਰ ਪਾਣੀ ਚੀਕ ਸਿਮਾਰੀ ਜਾਂ ਪੱਥਰਾਂ ਨਾਲ ਜਾ ਠੇਡੇ ਠੂਡੇ ਖਾ ਕੇ ਆਖਰ ਘਰ ਪਿਛਾਂ ਨੂੰ ਮੁੜਿਆ ਇਹ ਜਿਹੜਾ ਪਾਣੀ ਜਦੋਂ ਤੁਰਿਆ ਨਾ ਪਹਿਲਾਂ ਸੋਹਣਾ ਵੇਖ ਕੇ ਜੀ ਕੀਤਾ ਮੈਂ ਵੀ ਇਹਦੇ ਨਾਲ ਤੁਰ ਪਾਉਣਾ ਸਿੱਖੀ ਸੋਹਣੀ ਲੱਗਦੀ ਏ ਪਿਆਰੀ ਏ ਰਹਿਣ ਤਾਂ ਵਰਤਾਉਂਦੀ ਏ ਪਰ ਜਦੋਂ ਇਹਦੇ 'ਤੇ ਕੋਈ ਤੁਰਦਾ ਏ ਨਾ ਅਗਰ ਠੋਕਰ ਵੱਜਦੀ ਜਿਵੇਂ ਪਾਣੀ ਨੂੰ ਵੱਜੀ ਅਤੇ ਜਦੋਂ ਠੋਕਰ ਵੱਜੀ ਤੇ ਉਦੋਂ ਕਹਿੰਦੇ ਕਿ ਪਾਣੀ ਪਿੱਛੇ ਨੂੰ ਮੁੜ ਪਿਆ ਅਤੇ ਜਦੋਂ ਮੁੜਿਆ ਉਦੋਂ ਸਿਆਣੇ ਨੇ ਕਿਹਾ ਪਿੱਛੇ ਮੁੜਦੇ ਪਾਣੀ ਤੱਕ ਕੇ
ਮਾਰੀ ਕਿੰਗ ਕਰਤਾਰੀ, ਠੋਕਰ ਬਾਤ ਨਾ ਮੰਜਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਕਹਿ ਲੱਗੇ ਓਏ ਜੇ ਪਿੱਛੇ ਮੁੜ ਗਿਆ ਏ, ਜਿਹਨਾਂ ਮੰਜ਼ਲਾਂ ਤੇ ਪਹੁੰਚਣਾ ਪੋਵੇ ਉਹਨਾਂ ਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ, ਉਹਨਾਂ ਨੂੰ ਦੁੱਖ ਝੱਲਣੇ ਪੈਂਦੇ ਨੇ। ਦੁੱਖ ਝੱਲਣ ਤੋਂ ਬਗੈਰ ਮੰਜ਼ਲ ਨਹੀਂ, ਠੋਕਰ ਤੋਂ ਬਗੈਰ ਮੰਜ਼ਲ ਨਹੀਂ, ਪਰ ਠੋਕਰ ਖਾ ਕੇ ਦੁੱਖ ਖਾ ਕੇ ਪਿਆਰਿਓ, ਜੇ ਚਸ਼ਮਾ ਜਿਵੇਂ ਅਗਮ ਤੁਰਿਆ ਜਾਂਦਾ ਏ ਉਹਨੂੰ ਮੰਜ਼ਲ ਮਿਲਦੀ ਏ। ਤੇ ਜੇਕਰ ਕੋਈ ਠੋਕਰ ਖਾ ਕੇ ਰੋਣ ਹੀ ਬਹਿ ਜਾਵੇ, ਕਿਉਂ ਹੋਇਆ ਨਹੀਂ ਸੀ ਚਾਹੀਦਾ ਇਹ ਜਾਂ ਉਹ, ਆਪ ਅੱਗੇ ਤੁਰੇ ਨਾ। ਭਾਈ ਵੀਰ ਸਿੰਘ ਕਹਿੰਦੇ ਨੇ ਉਹਨਾਂ ਨੂੰ ਕਦੇ ਮੰਜ਼ਲ ਨਹੀਂ ਮਿਲਦੀ। ਮੰਜ਼ਲਾਂ ਤਾਂ ਮਤਲਬ ਹੈ ਅਸੀਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਆਪ ਸੱਚ ਨੂੰ ਪਿਆਰ ਕਰੀਏ, ਪਿਆਰਿਓ ਜ਼ੁਬਾਨ ਨਾਲ ਨਹੀਂ। ਸਾਹਿਬ ਕਹਿੰਦੇ ਅੰਦਰ ਹੋਵੇ ਸਾਡੇ ਸੱਚ, ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਸਾਡੇ ਅੰਦਰ ਮੁਹੱਬਤ ਹੋਵੇ ਗੁਰੂ ਲਈ, ਸਾਡੇ ਅੰਦਰ ਨਫ਼ਰਤ ਨਹੀਂ। ਸਾਡੀ ਜ਼ੁਬਾਨ 'ਤੇ ਜੇ ਅੰਦਰ ਸੱਚ ਹੋਵੇਗਾ, ਅਸੀਂ ਜਿਵੇਂ ਬਾਹਰੋਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਇਵੇਂ ਸਾਡੇ ਹਰ ਕਰਮ ਵਿੱਚੋਂ ਸੱਚਮੁੱਚ ਭਲਾ ਹੋਏਗਾ, ਭਲਾ ਕਰਾਂਗੇ। ਅੱਜ ਤੱਕ ਦਾ ਸਾਡਾ ਇਤਿਹਾਸ ਹੈ, ਇੰਨਾ ਕੁਛ ਸਾਡੇ ਨਾਲ ਹੋਇਆ, ਅਸੀਂ ਲੰਗਰ ਵਿੱਚ ਕਿਸੇ ਗੈਰ ਸਿੱਖ ਨੂੰ ਅੱਜ ਤੱਕ ਬੰਦ ਨਹੀਂ ਕੀਤਾ। ਬਈ ਜਿਨ੍ਹਾਂ ਨੇ ਜ਼ੁਲਮ ਕੀਤੇ ਉਸ ਕੌਮ ਦੇ ਬੰਦੇ ਨੂੰ ਨਾ ਕਦੇ ਸੰਗਤ 'ਚ ਰੋਕੋਗੇ, ਨਾ ਪੰਗਤ 'ਚ ਅਸੀਂ ਕਦੇ ਰੋਕੇ ਆਏ, ਨਾ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਨੂੰ ਹਟਾ ਕੇ ਤਿੰਨਾਂ ਨੂੰ ਇੱਕ ਬਣਾਇਆ ਏ। ਖੁੱਲ੍ਹੇ ਨੇ ਅਤੇ ਸਦਾ ਲਈ ਖੁੱਲ੍ਹੇ ਰਹਿਣਗੇ। ਇਹ ਚਸ਼ਮਾ ਪਿਆਰਿਓ ਠੋਕਰਾ ਤਾਂਡਾ, ਦੁੱਖ ਚੱਲਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਜਾਏਗਾ। ਇਹਨੂੰ ਖਤਮ ਤੇ ਕਰਨ ਵਾਲੇ, ਮੁਕਾਉਣ ਵਾਲੇ ਅਨੇਕਾਂ ਆਏ, ਅਨੇਕਾਂ ਆ ਕੇ ਚਲੇ ਗਏ ਪਿਆਰਿਓ, ਪਰ ਇਹ ਨਿਰੰਤਰ ਚੱਲਦਾ ਰਿਹਾ ਅਤੇ ਚੱਲਦਾ ਰਹੇਗਾ। ਸਾਡਾ ਫਰਜ਼ ਹੈ ਅਸੀਂ ਅੰਮ੍ਰਿਤ ਧਾਰੀ ਹੋਈਏ। ਇੱਕ ਪਾਸੇ ਤਾਂ ਹੈਰਾਨ ਹੋਈਦਾ ਏ, ਦੂਸਰੇ ਜਿਨ੍ਹਾਂ ਨੇ ਦੁਸ਼ਮਣੀ ਕਮਾਈ ਉਹਨਾਂ ਨਾਲ ਅਸੀਂ ਝਗੜਦੇ ਹਾਂ, ਉਹ ਸਾਨੂੰ ਮਾਰਦੇ ਨੇ, ਪਰ ਦੂਸਰੇ ਪਾਸੇ ਜਦੋਂ ਅਸੀਂ ਆਪ ਦੀ ਕੇਸ਼ ਕਤਲ ਕਰਦੇ ਹਾਂ, ਸ਼ਰਾਬ ਮਾਸ ਦੀ ਵਰਤੋਂ ਕਰਦੇ ਹਾਂ, ਆਪ ਦੀ ਸਿੱਖੀ ਨੂੰ ਤਲਾਂਤਰੀ ਦਿੰਦੇ ਹਾਂ, ਉਦੋਂ ਨਹੀਂ ਕਦੇ ਅੰਦਰ ਵਿਚਾਰ ਆਏ ਵੀ ਅਸੀਂ ਆਪੇ ਨੂੰ ਆਪ ਕਿਉਂ ਮਾਰਦੇ ਹਾਂ। ਘੱਟੋ ਘੱਟ ਆਪ ਤਾਂ ਨਾ ਆਪਣੇ ਆਪ ਨੂੰ ਖਤਮ ਕਰੀਏ, ਜਿਉਣਾ ਸਿੱਖੀਏ। ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਸੱਚ 'ਤੇ ਜਦੋਂ ਮੁਸੀਬਤਾਂ ਆਉਣ ਤੇ ਪਿਆਰੇ, ਉਦੋਂ ਜਿਹੜਾ ਅੰਦਰ ਸਬਰ ਹੈ ਨਾ, ਦਰਿਆ ਵਰਗਾ ਚਾਹੀਦਾ। ਕਹਿੰਦੇ ਸਬਰ ਇਹੋ ਸੁਆਹੋ, ਜੇ ਤੂੰ ਬੰਦਾ ਦਿਲ ਕਰੈ ਵੱਧ ਚੀਵੈ ਦਰਿਆਓ ਟੁੱਟ ਨਾ ਥੀਵੈ। ਵਾਹ ਖੜਾ ਵਾਹੜਾ ਕਹਿੰਦੇ ਨਿੱਕਾ ਜਿਹਾ ਨਾਲਾ, ਜੇ ਟੁੱਟ ਜਾ ਵਹਿਣ ਨਾਲਾ ਜਾ ਬਣੇਗਾ, ਸੁੱਕ ਸੜ ਜਾਏਗਾ। ਜਿਲਾ ਨਿਰੰਤਰ ਵੱਗਦਾ ਰਹੇ ਦਰਿਆ ਬਣ ਜਾਂਦਾ ਏ। ਦਰਿਆ ਫਿਰ ਸਾਗਰ ਨੂੰ ਮਿਲਣ ਤੋਂ ਬਗੈਰ ਕਦੇ ਰਸਤੇ 'ਚ ਉਹਨਾਂ ਨੂੰ ਰੋਕ ਨਹੀਂ ਸਕਦਾ। ਦਰਿਆ ਕਿਹਨੇ ਬਣਾਉਣਾ ਏ? ਗੁਰੂ ਸਵਾਰਿਓ ਦਰਿਆ ਬਣਾਏਗੀ ਸਤਿਗੁਰੂ ਕੀ ਬਾਣੀ। ਦਰਿਆ ਦੀ ਵਹਿਣ ਦੀ ਤਰ੍ਹਾਂ ਅਸੀਂ ਵਗਾਂਗੇ, ਜਦੋਂ ਅਸੀਂ ਨਾਮ ਜਪਾਂਗੇ, ਅੰਮ੍ਰਿਤ ਧਾਰੀ ਪਵਾਂਗੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ 'ਤੇ ਭਰੋਸਾ ਵੀ ਕਰਾਂਗੇ, ਅਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਵੀ ਜਦੋਂ ਮੰਨਾਂਗੇ ਕਮਾਵਾਂਗੇ, ਮੇਰੇ ਸਾਹਿਬ ਆਖਦੇ ਜਦੋਂ ਉਹਦੇ ਰੰਗ ਵਿੱਚ ਰੰਗੇ ਜਾਈਏ, ਫਿਰ ਜਨਮ ਅਤੇ ਮਰਨ ਵੀ ਮੁੱਕਦਾ ਏ, ਕੂੜ ਆਪਣੇ ਆਪ ਹੀ ਟੱਕਰਾਂ ਖਾ ਕੇ ਪਿੱਛੇ ਕੱਟਦਾ ਜਾਏਗਾ। ਸਾਹਿਬਾਂ ਦਾ ਬਚਨ ਏ,
ਆਓ ਫਿਰ ਗੁਰੂ ਕੇ ਪਿਆਰੇ 5 ਮਿੰਟ ਬਾਕੀ ਨੇ। ਸਤਿਗੁਰੂ ਜੀ ਦੇ ਬਖਸ਼ੇ ਨਾਮ ਜਿਹਦੇ ਦੁਆਰੇ ਸਾਡੀ ਸਾਰੀ ਸਿੱਖੀ ਦੀ ਕਹਾਣੀ ਦਾਸਤਾਨ ਘੁੰਮਦੀ ਹੈ, ਉਸ ਨੂੰ ਫਿਰ ਦੇ ਅੰਦਰ ਵਸਾਈਏ ਤੇ ਪਿਆਰ ਨਾਲ ਆਖੋ ਜੇ ਸਾਰੇ ਜ਼ਿੰਮੇਵਾਰ ਹੋ
ਇਹਨਾਂ ਮੁਲਕਾਂ ਦੇ ਅੰਦਰ ਇੱਕ ਨਵੀਂ ਲਹਿਰ ਜਨਮੀ ਹੈ। ਮੈਂ ਕਦੇ ਨਹੀਂ ਸਾਂਝਾ ਕੀਤਾ ਸੰਗਤ ਅਵਾਇਡ ਕਰੀ ਰਾਏ ਆਪ ਕੀ ਆਪਣੇ ਤੇ ਝਲਕੀ ਦੇ ਰਿਹਾ ਕੁਝ ਪ੍ਰਚਾਰਕਾਂ ਨੂੰ ਮੁਸ਼ਕਲਾਂ ਨਹੀਂ ਪਰ ਉਹ ਕੌਮੀ ਇਹ ਸਾਡੀ ਨਹੀਂ ਉਹ ਗੱਲ ਕੌਣ ਕਿਉਂਕਿ ਹੌਲੀ ਹੌਲੀ ਕਿਸੇ ਹੋਰ ਨਾ ਚੱਲੇ ਗੁਰੂ ਘਰਾਂ ਤੱਕ ਵੀ ਪਹੁੰਚ ਕਰਨ ਲੱਗ ਪਏ ਨੇ। ਉਹ ਕਹਿ ਸਾਖ ਸੰਗਤ ਇੱਕ ਲਹਿਰ ਸਿੱਖ ਬਾਟੇ ਵਿੱਚ ਚੱਲਦੀ ਹੈ ਨਾ ਵੱਖਰੇ ਵੱਖਰੇ ਤਾਂ ਪਰ ਆਪਾਂ ਤੇ ਸੁਚੇਤ ਰਹਿਣਾ ਸਾਡੀ ਗੁਰੂ ਘਰ ਜਾਂ ਕੌਮ ਅੰਦਰ ਨਹੀਂ ਕੌਮਾਂ ਨੂੰ ਖਤਮ ਕਰਨ ਦੇ ਤਰੀਕੇ ਹੁੰਦੇ ਨੇ ਜਾਂ ਹਮਲਾ ਬਾਹਰੋਂ ਕਰੋ ਬਾਹਰੋਂ ਨਹੀਂ ਮੁੱਕਦੇ ਅਤੇ ਅੰਦਰੋਂ ਇਹਨਾਂ ਦਾ ਜਿੱਥੇ ਭਰੋਸਾ ਹੈ ਉਹਨਾਂ ਦਾ ਵਿਸ਼ਵਾਸ ਬੁਲਾ ਦਿਓ ਤੁਰੇ ਨਾਲੋਂ ਟੁੱਟ ਜਾਣਗੇ ਆਪਣੇ ਆਪ ਹੀ ਮੁੱਕ ਜਾਣਗੇ। ਦਰਖਤ ਦੀਆਂ ਜੜ੍ਹਾਂ ਫੁੱਟ ਦਿਓ ਬਾਕੀ ਨੂੰ ਸੁਕਾਉਣ ਦੀ ਲੋੜ ਨਹੀਂ ਆਪੇ ਸੁੱਕ ਜਾਂਦਾ ਹੈ। ਜਦੋਂ ਦਰਿਆਵਾਂ ਨਾਲ ਵਹਿਣ ਵੱਖ ਕਰ ਦਈਏ ਤਲਾਬ ਕਿੰਨਾ ਕੁਛ ਰਹਿਣਗੇ। ਹੁਣ ਇਹ ਗੱਲਾਂ ਪ੍ਰਚਾਰੀਆਂ ਜਾਣਦੀਆਂ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਦਸਮ ਦੇ ਨਾਂ ਚੱਲੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਸਿੱਧਾਵਾ ਅਤੇ ਨਾਂ ਵੀ ਮਹਾਨ ਪੁਰਖਾਂ ਦੇ ਉਹਨਾਂ ਨੇ ਵਰਤਣੇ ਸ਼ੁਰੂ ਕਰ ਦਿੱਤੇ। ਪੂਰਾ ਝੂਠ ਦੂਸਰਾ ਬਈ ਵਾਹਿਗੁਰੂ ਸ਼ਬਦ ਜੋ ਹੈ ਇਹ ਭੱਟਾਂ ਨੇ ਕਿਹਾ ਕਿ ਇਸ ਕਰਕੇ ਗੁਰਦੁਆਰਿਆਂ 'ਚ ਇਹਦਾ ਸਿਮਰਨ ਨਹੀਂ ਚਾਹੀਦਾ ਸਿੱਖ ਨੂੰ ਨਹੀਂ ਚਾਹੀਦਾ ਨਾ ਕਰੋ। ਤੀਜੀ ਗੱਲ ਵੀ ਜਿਹੜੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਨਹੀਂ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੀ ਗੱਲ ਨਾ ਬਹੁਤੀ ਗੁਰਦੁਆਰੇ 'ਚ ਕਰਿਆ ਕਰੋ। ਇਹ ਸਾਡੇ ਉੱਪਰ ਸਾਨੂੰ ਕਿਹਾ ਜਾ ਰਿਹਾ ਹੈ ਅਤੇ ਸ਼ਰੇ ਆਮ ਸੰਗਤ ਜਿੱਥੇ ਦਾ ਲੱਗਦਾ ਪੁੱਛੇ ਵੀ ਕੋਈ ਨਾ ਕੋਈ ਬੋਲ ਜਾਂਦਾ ਹੈ। ਕਲਗੀਧਰ ਪਿਤਾ ਮਹਾਰਾਜ ਜੀ ਦੇ ਖਾਸ ਕਰਕੇ ਉਹਨਾਂ ਦੀਆਂ ਸਿਧਾਂਤਾਂ ਨੂੰ ਜਾਂ ਉਹਨਾਂ ਦੀਆਂ ਰਹਿਮਤਾਂ ਨੂੰ ਪਿਆਰੋ ਕਈ ਤਰੀਕਿਆਂ ਨੂੰ ਤੋੜ ਮੋੜ ਕੇ ਭਲਾ ਜਦੋਂ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਨੂੰ ਅਸੀਂ ਦਸ ਗੁਰੂ ਸਾਹਿਬਾਂ ਦੀ ਇੱਕ ਜੋਤ ਮੰਨਦੇ ਹਾਂ ਇਹ ਕਿਵੇਂ ਸਾਡਾ ਕਿਰਦਾ ਪ੍ਰਵਾਨ ਕਰ ਲਏਗਾ। ਚਾਰਾਂ ਨੂੰ ਕੱਢ ਕੇ ਛੇ ਨੂੰ ਪ੍ਰਵਾਨ ਕਰੋ ਸਿੱਖ ਦੇ ਸੋਚ ਵੀ ਸਕਦਾ। ਸਤਸੰਗਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਸਾਡਾ ਗੁਰੂ ਹੈ। ਕਲਗੀਧਰ ਪਿਤਾ ਨੇ ਪੰਜ ਪਿਆਰਸਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰਮੰਤਰ ਦਿੱਤਾ ਹੈ ਵਾਹਿਗੁਰੂ ਮੂਲ ਮੰਤਰ ਦਿੱਤਾ ਹੈ ਇਸ ਲਈ ਉਹ ਅਸੀਂ ਉਹਦਾ ਜਾਪ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਤ ਸਾਲ ਸ੍ਰੀ ਨਿਵਾਸ ਸਾਹਿਬਪੁਰ ਸਦਾ ਤੁਹੀ ਵਾਹਿਗੁਰੂ 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 ਵਾਹਿਜੀਓ ਹੈ ਸਾਡਾ ਸਤਿਗੁਰੂ ਦਾ ਸ਼ਬਦ। ਇਹਦੇ ਤੋਂ ਬਗੈਰ ਤਾਂ ਅਸੀਂ ਕਿਸੇ ਗੱਲ ਜੋਗੇ ਨਹੀਂ। ਪਹੁੰਚ ਬਰਕਤ ਕਿਹੜੀ ਰਹਿ ਗਈ ਨਾਮ ਤੇ ਬਾਣੀ ਹੈ ਇਹਦੇ ਉੱਪਰ ਵੀ ਕਟਾਸ਼ ਕੀਤੇ ਜਾ ਰਹੇ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਵਾਰਾਂ ਦੀ ਕਵਿਤਾ ਦੀ ਗੱਲ ਨਾ ਕਰੋ ਤੁਹਾਡੇ ਵੀ ਵਾਹ ਪੈ ਪਾਉਣਗੇ ਪਰ ਸਾਡਾ ਫਰਜ਼ ਹੈ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਿਆਰੇ ਵੱਲ ਕਦੇ ਉਂਗਲ ਵੀ ਨਾ ਉੱਚੀ ਕਰ ਸਕੀਏ। ਸਤਿਗੁਰੂ ਹੀ ਤਾਂ ਸਾਡਾ ਸਭ ਕੁਝ ਹੈ ਜੇ ਸਤਿਗੁਰੂ ਤੇ ਸੱਤ ਦੀ ਸੂਈ ਖੜੀ ਕਰ ਦਿੱਤੇ ਦਸ ਗੁਰੂਆਂ 'ਚ ਪਾਰਟੀ ਪਾ ਦਿੱਤੇ ਵੱਖ ਕਰ ਦਿੱਤਾ ਸਾਡੇ ਪੱਲੇ ਕੀ ਰੱਖੇਗਾ। ਸਤਿਗੁਰੂ ਨੇ ਕਦੇ ਫੋਨ ਨਹੀਂ ਦੇਣਾ ਪਰ ਸਿੱਖ ਦਾ ਫਰਜ਼ ਜੇ ਅਸੀਂ ਆਪੋ ਜਿਹੀਆਂ ਗੱਲਾਂ ਤੋਂ ਕਰੇ ਉਹਨੂੰ ਰੋਕੀਏ ਆਪੋ ਜਿਹੀਆਂ ਗੱਲਾਂ ਕੰਨਾਂ ਵਿੱਚ ਨਾ ਹੀ ਪੈਣ ਰੱਬ ਕਰੇ ਤੁਹਾਡੇ ਨਹੀਂ ਪਈਆਂ ਅਤੇ ਨਾ ਹੀ ਪੈਣ ਪਰ ਜੇ ਕਦਰੇ ਤੂੰ ਪਾਉਂਦਾ ਤਾਂ ਸਾਡਾ ਫਰਜ਼ ਰਲ ਮਿਲ ਕੇ ਆਪਾਂ ਇਹਨਾਂ ਗੱਲਾਂ 'ਤੇ ਵਿਚਾਰ ਕਰਕੇ ਇਹਨੂੰ ਰੋਕਣ ਦਾ ਯਤਨ ਕਰੀਏ ਨਾ ਕਿ ਇਹਨਾਂ ਨੂੰ ਵਧਣ ਦਾ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇੱਕ ਵਾਰੀ ਧੰਨ ਕਹੋ ਇਹੋ ਜਿਹੀ ਗੱਲ ਕਰਕੇ ਵੀ ਮੂੰਹ ਫਿੱਕਾ ਹੁੰਦਾ ਹੈ ਪਤਾ ਨਹੀਂ ਰੱਬ ਉਹਨਾਂ ਦਾ ਕੀ ਹਾਲ ਕਰਦਾ ਹੋਏਗਾ ਜਿਹੜੇ ਸਦਾ ਦਿਨ ਰਾਤ ਕਿਸੇ ਕੰਮ 'ਚ ਲੱਗੇ ਨੇ। ਇੱਕ ਵਾਰੀ ਆਪੋ ਰਲ ਕੇ ਜੀ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਧੰਨ।
ਤਨ 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 ਗੁਰੂ ਗ੍ਰੰਥ ਸਾਹਿਬ ਜੀ ਤਨ ਯਾਦ ਰੱਖਣ ਲਈ ਗਾਂ ਦੀ ਨਹੀਂ ਚੇਤਾ ਕਰਨ ਲਈ ਮੈਨੂੰ ਦਿਓ ਅਜਾਈਆਂ ਜੀ ਮੇਰਾ ਬਾਪ ਕਲਗੀਆਂ ਵਾਲਾ ਮੈਨੂੰ ਦਿਓ ਅਜਾਈਆਂ ਜੀ ਮੇਰਾ ਬਾਪ ਕਲਗੀਆਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ।